ਦੋਏ ਹੱਥ ਜੋੜ, ਸਾਵਧਾਨ, ਇਕਾਗਰ ਚਿੱਤ ਹੋ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਕਲਯੁਗ ਦਾ ਤਾਰਕ ਮੂਲ ਮੰਤਰ ਅਤੇ ਗੁਰਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਛਤਰ ਚਬਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗ ਜੀਓ, ਗੁਰੂ ਜੀ ਕੇ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਇਸ ਨਗਰ ਜਫਰਵਾਲ ਦੀ ਸਾਧ ਸੰਗਤ ਦੇ ਝੋਲੀ 'ਚ ਤਿੰਨ ਰੋਜ਼ਾ ਕੀਰਤਨ ਸਮਾਗਮ ਬਖਸ਼ੇ ਨੇ। ਅੱਜ ਤੀਸਰੇ ਦਿਨ ਦੇ ਦੀਵਾਨ ਸੰਧਿਆ ਦੇ ਸਮੇਂ ਤੋਂ ਚੱਲ ਰਹੇ ਨੇ। ਗੁਰੂ ਪਾਤਸ਼ਾਹ ਬਿਰਾਜਮਾਨ ਹੋ ਕੇ ਆਪਣੇ ਬੱਚਿਆਂ ਤੋਂ ਸੇਵਾ ਲੈ ਰਹੇ ਨੇ। ਪ੍ਰਬੰਧਕੀ ਵੀਰਾਂ ਨੇ ਸੁੰਦਰ ਪੰਡਾਲ ਸਜਾਉਣ ਦਾ ਯਤਨ ਕੀਤਾ ਹੋਇਆ, ਚੰਗੀ ਸਟੇਜ ਸੁੰਦਰ ਸਜਾਈ ਹੋਈ ਹੈ, ਬੱਤੀਆਂ ਅੱਛੀ ਸਾਊਂਡ ਲਿਆਉਣ ਦਾ ਯਤਨ ਕੀਤਾ ਹੈ। ਗੁਰੂ ਕੇ ਲੰਗਰ ਨਾਲ ਮੈਡੀਕਲ ਏਡ ਤਿੰਨਾਂ ਦਿਨਾਂ ਤੋਂ ਚੱਲ ਰਿਹਾ ਇੱਕ ਕੈਂਪ, ਨਾਲ ਗੁਰਮਤਿ ਦਾ ਸਟਾਲ, ਕਿੰਨੀਆਂ ਕੁ ਬੁੱਕਾਂ ਵਿਕੀਆਂ ਉਹ ਮੈਨੂੰ ਨਹੀਂ ਪਤਾ। ਇਹਦੇ ਨਾਲ ਨਾਲ ਬੜਾ ਇੰਤਜ਼ਾਮ ਕਰਨ ਦਾ ਯਤਨ ਕੀਤਾ, ਪਾਰਕਿੰਗ ਦਾ, ਠੰਡੇ ਜਲ ਦੀ ਛਬੀਲ, ਜੋੜਾ ਘਰ, ਨਾਲ ਤੁਹਾਡੀ ਨਕਲ ਮਾਰਨ ਵਾਸਤੇ, ਤੁਹਾਨੂੰ ਬੰਦ ਕਰਨ ਵਾਸਤੇ ਮੀਡੀਆ ਵੀ ਰੱਖਿਆ ਹੋ ਪਤਾ ਨਹੀਂ। ਇਹਦੇ ਨਾਲ ਨਾਲ ਗੁਰੂ ਪਾਤਸ਼ਾਹ ਸੇਵਾ ਲੈ ਰਹੇ ਨੇ। ਗੁਰਬਾਣੀ ਕੰਠ ਮੁਕਾਬਲਾ ਜਿਹਦੇ ਵਿੱਚ ਕੇਵਲ 64 ਬੱਚਿਆਂ ਨੇ ਯੋਗਦਾਨ ਪਾਇਆ, ਪਹਿਲਾ ਇਨਾਮ 3100 ਰੁਪਏ ਦਾ ਜਿਹੜਾ ਫਸਟ ਬੱਚਾ ਹੈ, ਦੂਸਰੇ ਬੱਚੇ ਦਾ 2100 ਰੁਪਈਆ ਸੈਕਿੰਡ ਦਾ, ਥਰਡ ਦਾ 1100 ਰੁਪਈਆ ਇਨਾਮ, ਗੁਰਬਾਣੀ ਕੰਠ ਮੁਕਾਬਲਾ ਜਿਹਦੇ 'ਚ 64 ਬੱਚਿਆਂ ਨੇ ਯੋਗਤਾ ਪਾਈ।
ਦੂਸਰਾ ਮੁਕਾਬਲਾ ਬਣਾਇਆ ਦਸਤਾਰ ਦਾ, ਸਿੱਖ ਕੌਮ ਦੀ ਆਨ ਸ਼ਾਨ ਦੀ ਪ੍ਰਤੀਕ ਦਸਤਾਰ, ਜਿਹੜੀ ਅੱਜ ਦਸਤਾਰ ਸਿੱਖਾਂ ਦੇ ਸਿਰ ਤੋਂ ਲੱਥਦੀ ਜਾ ਰਹੀ ਹੈ ਬਿਨਾਂ ਮਤਲਬ ਤੋਂ, ਉਹਦਾ ਵੀ ਪ੍ਰਦਰਸ਼ਨੀ ਕੀਤੀ ਤਾਂ ਕਿ ਬੱਚਿਆਂ 'ਚ ਇਸ ਗੱਲ ਦਾ ਉਤਸ਼ਾਹ ਬਣਿਆ ਰਹੇ। ਬੜੀ ਖੁਸ਼ੀ ਹੈ ਜੋ ਕੁਛ ਵੀ ਚੱਲ ਰਿਹਾ, ਗੁਰੂ ਕੀਆਂ ਦੇਗਾਂ ਖੁੱਲ੍ਹੀਆਂ ਵਰਤ ਰਹੀਆਂ ਨੇ। ਹੁਣ ਬੇਨਤੀ ਹੈ ਕਿ ਚੱਲ ਰਹੇ ਸਮਾਗਮ 'ਚ ਥੋੜ੍ਹੀ ਦੇਰ ਲਈ ਦਾਸ ਨੂੰ ਆਪ ਜੀ ਦੀ ਸੇਵਾ ਲਈ ਹੁਕਮ ਹੋਇਆ। ਅੱਜ ਇੱਕ ਬੜੀ ਅਜੀਬ ਗੱਲ ਹੈ, ਜਿਹੜਾ ਅਸੀਂ ਇੱਕ ਦੂਜੇ ਨੂੰ ਅੰਦਰੋਂ ਨਹੀਂ ਦੇਖ ਸਕਦੇ, ਬਾਹਰੋਂ ਹੀ ਸੁਣਦੇ ਹਾਂ ਅਤੇ ਬਾਹਰੋਂ ਹੀ ਦੇਖ ਲੈਂਦੇ ਹਾਂ। ਇਸ ਕਰਕੇ ਮੇਰਾ ਅੰਦਰ ਮੇਰੇ ਕੋਲ ਹੈ, ਤੁਹਾਡੇ ਅੰਦਰ ਤੁਹਾਡੇ ਕੋਲ ਨੇ, ਜਾਂ ਫਿਰ ਸਤਿਗੁਰੂ ਅੰਤਰਜਾਮੀ ਸਤਿਗੁਰੂ ਸਾਰਿਆਂ ਦੇ ਦਿਲ ਦੀ ਜਾਣਦਾ। ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਪਰਿਚੈ ਵਾਕਵਿਤ ਕਰਾਉਂਦਾ ਹੋਇਆ ਬੇਨਤੀ ਕਰਦਾ ਕਿ ਦਾਸ ਕੋਈ ਵੀ ਵਿਸ਼ੇਸ਼ ਤੌਰ 'ਤੇ ਕਥਾਵਾਚਕ ਨਹੀਂ ਹੈ, ਨਾ ਮੇਰੇ 'ਚ ਐਸੀ ਕੋਈ ਯੋਗਤਾ ਹੈ। ਸਿੱਖ ਪੰਥ ਵਿੱਚ ਬੜੇ ਸਤਿਕਾਰਯੋਗ ਅਹੁਦੇ ਨੇ, ਰਾਗੀ ਕੀਰਤਨੀ ਹੈ, ਇਹਨਾਂ ਦੀ PhD ਤੱਕ ਸਟੱਡੀ ਹੁੰਦੀ ਹੈ, ਇਹਨਾਂ ਕੋਲ ਇੱਕ ਸਰਟੀਫਿਕੇਟ ਵੀ ਹੁੰਦਾ, BA ਤਬਲੇ ਦੀ ਹੁੰਦੀ ਹੈ, ਇੱਕ ਪੂਰੀ ਦੀ ਪੂਰਾ ਇੱਕ ਸਬਜੈਕਟ ਹੈ ਕੀਰਤਨ ਦਾ, ਉਹ ਵੀ ਪੰਥ ਦਾ ਹਿੱਸਾ ਆ ਕੀਰਤਨੀ। ਦੂਸਰੇ ਜੋ ਦਾਸ ਬੇਨਤੀ ਕਰਦਾ ਉਹ ਗ੍ਰੰਥੀ ਸਿੰਘ ਵੀ ਇੱਕ ਪੰਥ ਦਾ ਬਹੁਤ ਮਹਾਨ ਹਿੱਸਾ ਹੈ, ਉਹਦੇ ਕੋਲ ਵੀ ਸਰਟੀਫਿਕੇਟ ਹੋਣਾ ਚਾਹੀਦਾ, ਜਿਹੜਾ ਅਸੀਂ ਗੱਲ ਵੱਲ ਧਿਆਨ ਨਹੀਂ ਦਿੱਤਾ ਹੋਇਆ, ਭਾਵ ਉਹਨੂੰ ਧਰਮ ਬਾਰੇ ਕਾਫੀ ਨੌਲੇਜ ਹੋਣਾ ਚਾਹੀਦਾ, ਉਹਦੀ ਪੰਥਕ ਅਤੇ ਸ਼ਖਸੀ ਰਹਿਣੀ ਤੋਂ ਉਹਦੇ 'ਚ ਕਾਫੀ ਉੱਚਾ ਸੁੱਚਾ ਜੀਵਨ ਵੀ ਚਾਹੀਦਾ। ਇਸ ਦੇ ਨਾਲ ਜਿਹੜੇ ਪਾਠੀ ਸਿੰਘ ਨੇ, ਪਹਿਲਾਂ ਤਾਂ ਬਹੁਤੇ ਖੰਡ ਪਾਠ ਕਰਨ ਦੀ ਲੋੜ ਨਹੀਂ ਹੈ, ਹਰ ਇੱਕ ਨੂੰ ਬਾਣੀ ਪੜ੍ਹਨ ਦਾ ਹੁਕਮ ਹੈ, ਕੋਈ ਜਲਦਬਾਜ਼ੀ ਨਹੀਂ ਸਾਡੀ 'ਚ ਜਿਹੜੀ ਵੀ ਅਸੀਂ ਛੇਤੀ ਛੇਤੀ ਇਹ ਕੰਮ ਕਰਨਾ, ਇਹਨੂੰ ਅਸੀਂ ਵਿਚਾਰਨਾ ਵੀ ਹੈ, ਪੜ੍ਹਨਾ ਵੀ ਹੈ ਅਤੇ ਉਹਦੇ ਅਨੁਸਾਰ ਜੀਵਨ ਢਾਲਾ ਵੀ ਪਾਉਣਾ। ਸ਼ਾਇਦ ਉਦੋਂ ਕਿਤੇ ਗੱਲ ਚੱਲੀ ਹੋਏ ਜਦੋਂ ਕਿਤੇ ਅਸੀਂ ਜੰਗਲਾਂ 'ਚ ਰਹਿੰਦੇ ਹੋਏ ਸਾਡੇ ਗੁਰੂ ਪਾਤਸ਼ਾਹ 'ਤੇ ਸਾਰੇ ਦਰਸ਼ਨ ਕਰਨੇ ਜਲਦੀ ਜਲਦੀ ਵਿੱਚ, ਤਾਂ ਕਿ ਕਿਤੇ ਸਾਨੂੰ ਮੁਹਿੰਮ ਨਾ ਪੈ ਜਾਏ, ਸਾਡੇ 'ਤੇ ਕੋਈ ਚੜ੍ਹਾਈ ਕਰਕੇ ਨਾ ਆ ਜਾਏ, ਪਤਾ ਨਹੀਂ ਕਿਸ ਟਾਈਮ ਸਾਡੇ 'ਤੇ ਕਿਸ ਕਿਸਮ ਦੀ ਮੁਹਿੰਮ ਪੈ ਜਾਣੀ, ਉਸ ਕਰਕੇ ਸ਼ਾਇਦ ਉਦੋਂ ਇਹ ਗੱਲ ਤੋਰੀ ਹੋਏ, ਜਾਂ ਕਿਸੇ ਸੰਜੀਦਗੀ ਨਾਲ, ਬਹੁਤ ਸੰਜੀਦਗੀ ਨਾਲ ਪਾਠ ਪੜ੍ਹ ਪੜ੍ਹ ਕੇ ਉਹਨੂੰ ਸਾਰੇ ਪਿੰਡ ਦੇ ਲੋਕ ਸੁਣਨ, ਕਿਉਂਕਿ ਉਦੋਂ ਵਿੱਦਿਆ ਹੈ ਨਹੀਂ ਸੀ, ਵਿੱਦਿਆ ਬਹੁਤ ਘੱਟ ਸੀ। ਗ੍ਰੰਥੀ ਸਿੰਘ ਲੜੀਵਾਰ ਸਰੂਪ ਹੁੰਦੇ ਸਨ, ਉਹਨੇ ਕਾਫੀ ਮਿਹਨਤ ਕਰਕੇ ਉਹਦੇ ਤੋਂ ਥੋੜ੍ਹੀ ਮਹਾਰਤ ਹਾਸਲ ਕੀਤੀ ਹੁੰਦੀ ਸੀ। ਇਸ ਕਰਕੇ ਬੇਨਤੀ ਹੈ ਵੀ ਜਿਹੜੇ ਪਾਠੀ ਸਿੰਘ ਵੀ ਹੈ ਉਹਨਾਂ ਕੋਲ ਵੀ ਸਰਟੀਫਿਕੇਟ, ਇੱਕ ਪ੍ਰਮਾਣਿਤ ਸਰਟੀਫਿਕੇਟ ਚਾਹੀਦਾ, ਜਿਹੜੇ ਉਹਨੂੰ ਅਸੀਂ ਪੁੱਛ ਸਕੀਏ, ਜ਼ਿੰਮੇਵਾਰ ਹੋਣ ਵੀ ਹਾਂ ਨਹੀਂ ਸਾਡੇ ਕੋਲ ਸੰਥਿਆ ਲਈ ਹੈ ਅਤੇ ਇਹਦਾ ਠੀਕ ਪ੍ਰੋਨਾਉਂਸੀਏਸ਼ਨ ਕਰਦੇ ਨੇ, ਉਹਨੂੰ ਸਾਨੂੰ ਜਾਣਕਾਰੀ ਹੋਣੀ ਚਾਹੀਦੀ। ਤੀਸਰਾ, ਇਸ ਕੌਮ ਵਿੱਚ ਜਿਹੜੇ ਹੈਗੇ ਨੇ ਉਹ ਹੈਗੇ ਨੇ ਮੇਰੇ ਸਤਿਕਾਰਯੋਗ ਢਾਡੀ, ਉਹਨਾਂ ਕੋਲ ਇੱਕ ਕਲਾ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਪੰਥ ਨਾਲ ਜੋੜ ਦਿੱਤੀ ਗਈ ਹੋਈ ਹੈ, ਇੱਥੇ ਵੀ ਢਾਡੀਆਂ ਦਾ ਦੀਵਾਨ ਸਜਿਆ ਹੋਇਆ, ਇਹ ਵੀ ਇੱਕ ਕਲਾ, ਉਹਦੀ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬੜੀ ਵੱਡੀ ਮਹਾਰਤ ਉਹਦੇ 'ਚ ਹਾਸਿਲ ਕਰਨੀ ਪੈਂਦੀ ਹੈ, ਸੁਰਤਾਲ ਨੂੰ ਮਿਲਾਉਣਾ ਪੈਂਦਾ। ਇੱਕ ਇੱਥੇ ਹੈਗਾ ਕਵੀਸ਼ਰੀ ਪੰਥ ਵਿੱਚ, ਕਵੀਸ਼ਰੀ ਵੀ ਇੱਕ ਕਲਾ ਆ, ਉਹਦੇ 'ਚ ਵੀ ਕਾਫੀ ਮਿਹਨਤ ਕਰਨੀ ਪੈਂਦੀ, ਆਪ ਕਵਿਤਾ ਰਚਣੀ, ਉਹਨੂੰ ਟਾਈਮ ਉਸ ਸ਼ਬਦਾਵਲੀ ਬੰਦ ਉਹਦੀ ਬੰਦ ਕਰਨਾ, ਉਹਨੂੰ ਉਹਦੇ 'ਚ ਪੂਰਾ ਇੱਕ ਸਬਜੈਕਟ ਬੰਦ ਕਰ ਦੇਣਾ ਥੋੜ੍ਹੀ ਜਿਹੀ ਗੱਲ ਵਿੱਚ, ਇਹ ਵੀ ਇੱਕ ਕਲਾ ਹੈ, ਇਹ ਵੀ ਮੇਰੀ ਪੰਥ ਵਿੱਚ ਆਉਂਦਾ ਹੈ। ਆ ਮੇਰੇ ਪੰਥ ਵਿੱਚ ਕੁਛ ਨਾ ਕੁਛ, ਮੈਂ ਨਹੀਂ ਕੁਛ ਵੀ ਕਹਿੰਦਾ, ਸੰਤ ਜੀ ਹੁੰਦੇ ਨੇ, ਮਹਾਤਮਾ ਵੀ ਸ਼ਾਇਦ ਪੰਥ ਵਿੱਚ ਹੁੰਦੇ ਹੋਣ, ਜਾਂ ਬ੍ਰਹਮ ਗਿਆਨੀ ਦੇ ਖਿਤਾਬ ਦਿੱਤੇ ਹੁੰਦੇ ਨੇ, ਐਸੇ ਖਿਤਾਬ ਨੇ ਕਾਫੀ ਕਈਆਂ ਨੂੰ, ਮੇਰਾ ਖਿਆਲ ਹਜ਼ੂਰ ਮਹਾਰਾਜ ਤੱਕ ਦਾ ਵੀ ਖਿਤਾਬ ਦਿੱਤਾ ਜਾਂਦਾ ਸਿੱਖਾਂ 'ਚ,
ਇਹ ਵੀ ਖਿਤਾਬ ਹੈਗੇ ਨੇ ਮੈਂ ਜਾਣਦਾ। ਇੱਕ ਸਾਡੇ ਕੋਲ ਹੈਗਾ ਜਥੇਦਾਰ, ਇੱਕ ਪੰਥ ਵਿੱਚ ਜਥੇਦਾਰੀ ਦਾ ਵੀ ਕਹੁਦਾ ਹੈ। ਦਾਸ ਕੋਲ ਇਹਨਾਂ ਸਾਰਿਆਂ ਰੁਤਬਿਆਂ ਚੋਂ ਨਾ ਕੋਈ ਯੋਗਤਾ ਤੇ ਨਾ ਕੋਈ ਅਹੁਦਾ। ਦਾਸ ਕੇਵਲ ਤੇ ਕੇਵਲ ਆਪ ਜੀ ਦੀ ਅਸੀਸ ਲੈਂਦਿਆਂ ਹੋਇਆਂ ਗੁਰੂ ਪਾਤਸ਼ਾਹ ਰਹਿਮਤ ਕਰਨ ਗੁਰੂ ਨਾਨਕ ਦਰ ਦੇ ਨਿਮਾਣੇ ਜੇ ਕੂਕਰ ਹੋਣ ਦੀ ਹੈਸੀਅਤ ਵਿੱਚ ਕੁਝ ਕੁ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਨੀਆਂ ਨੇ। ਉਹਨਾਂ ਬੇਨਤੀਆਂ ਤੋਂ ਪਹਿਲਾਂ ਆਪ ਜੀ ਦੀ ਅਸੀਸ ਦੀ ਬਹੁਤ ਲੋੜ ਹੈ। ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਸਾਰੀਆਂ ਸ਼ਕਤੀਆਂ ਜੋ ਪੰਥ ਕਹਿ ਉਹ ਗੁਰਬਾਣੀ ਵਿੱਚ ਤੇ ਨਾਲ ਸੰਗਤ ਵਿੱਚ ਨੇ, ਉਹ ਆਪ ਮੌਜੂਦ ਹੋ। ਸੋ ਸਭ ਤੋਂ ਪਹਿਲਾਂ ਆਪ ਜੀ ਦਾਸਰੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਅਸੀਸ ਬਖਸ਼ਦੇ ਹੋਏ ਫਤਿਹ ਨਾਲ ਸਾਂਝ ਪਾਉਂਦੇ ਹੋਏ ਰਸਨਾ ਪਵਿੱਤਰ ਕਰੀਏ, ਗੁਰੂ ਜੀ ਨੂੰ ਸੀ ਝੁਕਾਈਏ, ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਆਪ ਸਾਰੇ ਸਿਆਣੇ ਬੈਠੇ ਹੋ, ਪਰ ਜਿੱਥੇ ਸਿਆਣੇ ਬੈਠੇ ਉੱਥੇ ਨਿਆਣੇ ਵੀ ਬਹੁਤ ਬੈਠੇ। ਸਿਆਣੇ ਮੇਰਾ ਖਿਆਲ ਘੱਟ ਹੋਣਗੇ ਅਤੇ ਨਿਆਣੇ ਮੇਰਾ ਖਿਆਲ ਜ਼ਿਆਦਾ ਹੋਣ। ਸਿਆਣੇ ਮਤਲਬ ਕੌਣ ਹੈ? ਜਿਹੜਾ ਗੁਰੂ ਘਰ ਨੂੰ ਕਾਫੀ ਜਾਣਦਾ, ਉਹਨੂੰ ਗੁਰੂ ਘਰ ਦਾ ਸਿਆਣਾ ਕਿਹਾ ਜਾਂਦਾ। ਉਮਰ ਕਰਕੇ ਨਹੀਂ, ਉਹ ਛੋਟੀ ਉਮਰ 'ਚ ਵੀ ਹੋ ਸਕਦਾ। ਉਹ ਨਿਆਣਾ ਕਿਹਨੂੰ ਕਿਹਾ ਜਾਂਦਾ? ਚਾਹੇ 80 ਸਾਲ ਦਾ, ਉਹਨੂੰ ਗੁਰੂਆਂ ਦੇ ਨਾਂ ਨਹੀਂ ਆਉਂਦੇ, ਉਹਨੂੰ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ ਨਿਆਣੇ ਹੁੰਦੇ ਨੇ। ਇਸ ਕਰਕੇ ਮੇਰੀ ਸੋਚ ਇਹ ਹੈ, ਗੁਰੂ ਪਾਤਸ਼ਾਹ ਜੋ ਮੇਰੇ ਅੰਦਰ ਗੱਲ ਪਾਉਂਦੇ ਨੇ, ਕਿ ਜਿੰਨਾ ਚਿਰ ਤੱਕ ਇਹ ਪੰਥ ਹਰ ਬੰਦਾ ਧਰਮ ਬਾਰੇ ਪੂਰਾ ਜਾਣਕਾਰੀ ਨਹੀਂ ਰੱਖਦਾ, ਜਿੱਥੇ ਅਸੀਂ ਫਿਜ਼ਿਕਸ ਵਰਗੀਆਂ ਐਡੇ ਐਡੀਆਂ ਵਿੱਦਿਆ ਲੈਂਦੇ, ਜਿੱਥੇ ਅਸੀਂ 5-5 ਸਾਲ ਦੇ MBBS ਦੇ ਕਰਨੇ ਜ਼ਰੂਰ ਹੈ, ਡਾਕਟਰ ਬਣਨੇ, ਸਾਡੇ ਮੁੰਡੇ ਡਾਕਟਰ ਬਣਨ, IPS ਬਣਨ, IAS ਬਣਨ, ਉਹਨਾਂ ਦੀ ਸਾਨੂੰ ਲੋੜ ਹੈ। ਪਰ ਉਸ ਦੇ ਨਾਲ ਨਾਲ ਸਾਨੂੰ ਇਸ ਗੱਲ ਦੀ ਲੋੜ ਹੈ ਕਿ ਸਾਡੇ ਚਾਹੇ ਅਸੀਂ 550 ਸਾਲਾਂ ਮਨਾਈਏ, ਚਾਹੇ 300 ਸਾਲਾਂ ਮਨਾਈਏ, 300 ਸਾਲ ਗੁਰੂ ਦੇ ਨਾਲ, 300 ਸਾਲ ਗੁਰੂ ਦੇ ਨਾਲ, ਉਹ ਗੱਲਾਂ ਅਸੀਂ ਜੋ ਮਰਜ਼ੀ ਕਰੀ ਜਾਂਦੇ ਹਾਂ, ਪਰ ਜਿਹਦੇ ਗੁਰੂ ਦੇ ਨਾਲ ਜਿਹੜੀ ਗੱਲ ਹੈ, ਉਹ ਗੱਲ ਜਦੋਂ ਅਸੀਂ ਖੋਲ੍ਹ ਕੇ ਦੇਖਦੇ ਪਿੰਡਾਂ ਵਿੱਚ ਤਾਂ ਬਹੁਤ ਬੁਰੀ ਹਾਲਤ ਹੋਈ ਹੈ। ਸਿੱਖ ਧਰਮ 'ਚ ਕਿਸੇ ਨੂੰ ਨਸ਼ੇ ਲੈਣ ਦੀ ਕੋਈ ਇਜਾਜ਼ਤ ਨਹੀਂ ਹੈ। ਸਿੱਖ ਦੀ ਇੱਕ ਪੂਰੀ ਪਰਿਭਾਸ਼ਾ ਆ, ਇਸ ਧਰਮ ਨੂੰ ਮੇਨਟੇਨ ਪੂਰਾ ਪੂਰਾ ਇਹਦਾ ਸਬਜੈਕਟ ਬਣਾਉਣ ਵਾਸਤੇ 243 ਸਾਲ ਲੱਗੇ ਹੋਏ ਨੇ। ਇਹ ਠੀਕ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕੋਈ ਬਾਹਰਲੀ ਮਰਿਆਦਾ ਕੋਈ ਨਹੀਂ ਰੱਖੀ, ਅੰਦਰਲੀ ਹੀ ਮਰਿਆਦਾ ਗੁਰੂ ਨਾਨਕ ਪਾਤਸ਼ਾਹ ਤੋਂ ਚੱਲਦੀ ਰਹੀ। ਇਹ ਅੰਦਰਲੀ ਮਰਿਆਦਾ ਵਿੱਚ ਜਿਹੜੇ ਗੁਰੂ ਪਾਤਸ਼ਾਹ ਵਿੱਚ ਦਰਜ ਹੋਏ ਨੇ, ਅੱਖਾਂ ਨਾਲ ਕਿਵੇਂ ਦੇਖਣਾ, ਕੰਨਾਂ ਨਾਲ ਕੀ ਸੁਣਨਾ, ਪੈਰਾਂ ਨਾਲ ਕੀ ਕਰਨਾ, ਹਿਰਦੇ ਨੂੰ ਕਿਵੇਂ ਵਰਤਣਾ, ਇਹ ਪੁਆਇੰਟ ਸਾਡੇ ਕੋਲ ਆਉਂਦੇ ਰਹੇ। ਖਾਣ ਪਾਣ ਦੀ ਵੀ ਸਾਡੇ ਕੋਲ ਮਰਿਆਦਾ ਆਉਂਦੀ ਰਹੀ ਹੈ। ਇਹ ਬਾਹਰ ਦੀ ਮਰਿਆਦਾ ਹੈ, ਖਾਣਾ ਪਾਣਾ ਕੀ ਹੈ? ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੈ ਬਕਾਰ। ਅੰਦਰਲੀ ਮਰਿਆਦਾ, ਸ਼ਖਸ਼ੀਅਤ ਸਿੱਖ ਦੀ ਕਿੱਦਾਂ ਦੀ ਹੋਣੀ ਚਾਹੀਦੀ, ਉਹ ਗੁਰਬਾਣੀ ਵਿੱਚ ਖੋਲ੍ਹ ਕੇ ਨਿਰੂਪਣ ਕੀਤਾ ਹੋਇਆ, ਇਹਦਾ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ। ਜਿਹੜੀ ਬਾਹਰਲੀ ਸਾਨੂੰ ਪੰਥਕ ਤੌਰ 'ਤੇ ਜਿਹੜੀ ਮਰਿਆਦਾ ਦਿੱਤੀ ਹੈ, ਇਹ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਨਾਮ ਦਿੱਤਾ, ਮਰਿਆਦਾ ਦਿੱਤੀ ਹੈ, ਇੱਕ ਪੂਰਾ ਪੰਥ ਦਾ ਰੂਪ ਪੂਰਨ ਰੂਪ ਵਿੱਚ ਖੜ੍ਹਾ ਕਰਕੇ, ਇੱਕ ਪੂਰੇ ਦਾ ਪੂਰਾ ਜੋ ਕਨਸੈਪਟ ਸੀ ਉਹਨੂੰ ਫਾਈਨਲ ਟੱਚ ਕਰਕੇ ਸਾਰੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਗੱਲ ਸਾਡੇ 'ਚ ਅੰਗਰੇਜ਼ ਨੇ ਕਮਜ਼ੋਰੀ ਕੀਤੀ, ਸਾਡਾ ਨਜਾਇਜ਼ ਫਾਇਦਾ ਲਿਆ, ਸਾਨੂੰ ਪਾੜ ਕੇ ਦੇਹਧਾਰੀ ਗੁਰੂ ਡੰਪ ਤੋੜ ਦਿੱਤਾ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬੇਸ਼ੱਕ
ਮੇਰੇ ਵੀਰ ਪਿਰਥੀਏ ਨਾਲ ਯਤਨ ਕੀਤਾ ਮੈਂ ਗੁਰੂ ਬਣ ਜਾਵਾਂ, ਰਾਮ ਰਾਏ ਨਾਲ ਯਤਨ ਕੀਤਾ ਮੈਂ ਗੁਰੂ ਬਣ ਜਾਵਾਂ, ਦਾਤੂ ਜੀ ਨੇ ਲੱਤ ਮਾਰੀ ਗੁਰੂ ਅਮਰਦਾਸ ਸਾਹਿਬ ਨੂੰ ਵੀ ਗੁਰੂ ਮੈਂ ਹਾਂ, ਮੇਰੇ ਪਿਓ ਦੀ ਗੱਦੀ ਹੈ, ਤੂੰ ਕਿੱਥੋਂ ਆ ਕੇ ਬਹਿ ਗਿਆ। ਬੇਸ਼ੱਕ ਸ਼੍ਰੀ ਚੰਦ ਵੀ ਇਸ ਗੱਲ ਤੋਂ ਥੋੜ੍ਹਾ ਜਿਹਾ ਨਾਰਾਜ਼ ਹੋਣ ਵੀ ਮੇਰਾ ਲੈਣੇ ਨੂੰ ਕਿੱਥੋਂ ਖੜਾ ਕਰ ਦਿੱਤਾ, ਕੰਮ ਤਾਂ ਮੇਰਾ ਸੀ, ਮੈਂ ਵੱਡਾ ਬੇਟਾ ਹਾਂ। ਕੁਛ ਵੀ ਹੋਏ ਮੈਂ ਕੁਛ ਨਹੀਂ ਕਹਿੰਦਾ। ਧੀਰ ਮੱਲੀਆਂ ਨਾ ਬੇਸ਼ੱਕ ਗੋਲੀ ਗੁਰੂ ਤੇਗ ਬਹਾਦਰ ਸਾਹਿਬ 'ਤੇ ਚਲਾ ਦਿੱਤੀ ਹੋਏ ਵੀ ਅਸੀਂ ਗੁਰੂ ਹੈ, ਇਹ ਗੱਲ ਬੇਸ਼ੱਕ ਉਦੋਂ ਤੋਂ ਚੱਲਦੀ ਹੋਏ, ਪਰ ਉਹ ਗੁਰੂ ਘਰ ਵਿੱਚੋਂ ਹੀ ਗੱਲ ਚੱਲੀ ਹੈ, ਗੁਰੂ ਘਰ ਦੇ ਪਰਿਵਾਰ ਵਿੱਚੋਂ ਹੀ ਇਹ ਗੱਲ ਖੜੀ ਹੋਈ ਵੀ ਅਸੀਂ ਗੁਰੂ ਹੈ। ਬਾਹਰੋਂ ਕਿਸੇ ਵੀ ਸਿੱਖ ਨਾਲ ਕੋਈ ਜ਼ਰੂਰਤ ਨਹੀਂ ਕੀਤੀ ਵੀ ਮੈਂ ਵੀ ਗੁਰੂ ਨਾ। ਇਹ ਪਵਾੜਾ ਪਾਇਆ ਕਿ ਅੰਗਰੇਜ਼ ਦੇ ਟਾਈਮ ਵਿੱਚ। ਇੱਕ ਬੇਨਤੀ ਹੈ, ਜੇ ਉਸ ਟਾਈਮ ਕਿਸੇ ਨਾਲ ਗੁਰੂ ਬਣਨ ਦਾ ਯਤਨ ਕੀਤਾ ਪਿਰਥੀਏ ਨਾ ਜਾਂ ਰਾਮ ਰਾਏ ਨਾ ਜਾਂ ਧੀਰ ਮੱਲੀਆਂ ਨਾ, ਅਤੇ ਉਦੋਂ ਦਾ ਸਿੱਖ ਬੜਾ ਸਿਆਣਾ ਸੀ, ਬਾਬਾ ਬੁੱਢਾ ਸਾਹਿਬ ਬੈਠੇ ਸਨ, ਭਾਈ ਗੁਰਦਾਸ ਜੀ ਬੈਠੇ ਸਨ, ਬੜੇ ਗੁਰੂ ਦੇ ਅਨਿੰਨ ਸਿੱਖ, ਗੁਰੂ 'ਚ ਅਭੇਦ ਵਸਤਾ ਮੰਨਣ ਵਾਲੇ ਸਿੱਖ ਬੈਠੇ ਸਨ। ਉਹ ਸਿੱਖ ਜਿਹੜੇ ਨੇ ਸੰਗਤਾਂ ਨੂੰ, ਜੇ ਸੰਗਤਾਂ ਪਿਰਥੀਏ ਵੱਲ ਜਾ ਕੇ ਕਾਰ ਭੇਟਾ ਚੜ੍ਹਾਉਂਦੀਆਂ ਨੇ, ਅਤੇ ਉਹ ਸਿੱਖ ਜਾ ਕੇ ਕੋਈ ਪਿਪਲੀ ਸਾਹਿਬ ਜਾ ਕੇ ਬਹਿ ਜਾਂਦਾ, ਕੋਈ ਕਿਸੇ ਪਾਸੇ ਜਾ ਕੇ ਬਹਿ ਕੇ ਸੰਗਤਾਂ ਨੂੰ ਪ੍ਰਬੁੱਧ ਕੀਤਾ ਜਾਂਦਾ, ਉਹਨਾਂ ਨੂੰ ਆਗਾਹ ਕਰਾਇਆ ਜਾਂਦਾ ਕਿ ਜੇ ਗੁਰੂ ਹੈ, ਗੁਰੂ ਨਾਨਕ ਦੀ ਜੋਤ ਤੇ ਕੇਵਲ ਅਰਜਨ ਦੇ ਵਿੱਚ ਹੈ, ਹੋਰ ਕਿਸੇ ਵਿੱਚ ਨਾਨਕ ਦੀ ਜੋਤ ਨਹੀਂ ਹੈ, ਪਿਰਥੀਆ ਗੁਰੂ ਨਹੀਂ ਹੈ, ਡੰਕੇ ਦੀ ਚੋਟ ਨਾਲ ਉਹਨਾਂ ਨੂੰ ਸਮਝਾ ਦਿੱਤਾ ਜਾਂਦਾ ਸਿੱਖਾਂ ਨੂੰ, ਔਰ ਸਿੱਖ ਬਹੁਤ ਜਲਦੀ ਮੁੜ ਕੇ ਗੁਰੂ ਨਾਨਕ ਦੇ ਦਰ ਘਰ ਨਾਲ ਜੁੜੇ ਰਹਿੰਦੇ। ਜੇ ਕੋਈ ਐਸਾ ਵੀ ਮੌਕਾ ਆਇਆ ਜਦੋਂ ਪੰਥ ਵਿੱਚ ਦਫੇੜ ਪਈ, ਬੰਦਾ ਸਿੰਘ ਦੇ ਜਿਹੜੇ ਮਗਰ ਲੱਗੇ ਵਾਲੇ ਬੰਦੇ ਸਿੱਖ ਸਨ, ਉਹਨਾਂ ਨੂੰ ਕੋਈ ਐਸਾ ਟੱਪੜਾ ਲੱਗਿਆ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਨੂੰ ਗੁਰੂ ਥਾਪ ਦਿੱਤਾ ਹੋਏ, ਉੱਥੋਂ ਪੰਜ ਤੀਰ ਦਿੱਤੇ ਨੇ, ਇਹਨੂੰ ਥਾਪੜਾ ਦਿੱਤਾ ਹੋਇਆ, ਇਹਨਾਂ ਨੂੰ ਹੱਥੀਂ ਪੌੜ ਛਕਾਈ ਹੋਈ ਹੈ, ਸ਼ਾਇਦ ਇਹ ਗੁਰੂ ਹੋਣ। ਅਤੇ ਗੁਰੂ ਪੰਥ ਵਿੱਚ ਦਫੇੜ ਪੈਂਦਾ ਦੇਖ ਕੇ, ਇਸ ਦਫੇੜ ਨੂੰ ਮੇਰੇ ਅਤਿ ਸਿਆਣੇ ਬਜ਼ੁਰਗ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਮਨੀ ਸਿੰਘ ਦੂਰ ਕਰਦੇ ਨੇ, ਉਹ ਪਰਚੀਆਂ ਲਿਖ ਕੇ ਦਰਬਾਰ ਸਾਹਿਬ 'ਚ ਪਾਉਂਦੇ ਨੇ, ਦੋਵੇਂ ਪਾਸੇ ਨੇ, ਇੱਕ ਨੂੰ ਅਸੀਂ ਮੰਨਦੇ ਹਾਂ ਬੰਦਈ ਖਾਲਸਾ, ਖਾਲਸਾ ਉਦੋਂ ਦਾ ਨਾਂ ਜੁੜਿਆ ਤੁਹਾਡੇ ਨਾਲ, ਦੂਜਾ ਹੈ ਹੈਗਾ ਸੀ ਤੱਤ ਖਾਲਸਾ। ਮੈਂ ਇਹੋ ਜਿਹੀ ਇਤਿਹਾਸ ਨੂੰ ਜ਼ਿਆਦਾ ਜਾਣਦਾ ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਵੀ ਮੇਰਾ ਕੋਈ ਸਬਜੈਕਟ ਨਹੀਂ ਹੈ, ਮੈਂ ਮਾੜੀ ਮੋਟੀ ਗੱਲ ਜਾਣਦਾ। ਮੇਰਾ ਮੇਨ ਪੁਆਇੰਟ ਇਹ ਹੈ ਵੀ ਜੇ ਤੁਸੀਂ ਲੋਕ ਐਦੀ ਕੇਵਲ ਸਮਾਗਮੇ ਮਨਾਉਂਦੇ ਰਹੇ, ਫਿਰ ਸ਼ਰਾਬ ਵੀ ਪੀਂਦੇ ਰਹੇ, ਕਬਰਾਂ 'ਤੇ ਤੇਲ ਵੀ ਪਾਈ ਗਏ, ਅਤੇ ਜਾ ਕੇ ਕਿਸੇ ਬਾਬੇ ਦੇ ਗੋਡੇ ਵੀ ਘੁੱਟੀ ਗਏ ਦੇਹਧਾਰੀ ਦੇ, ਪਾਦਰੀ ਕੋਲੋਂ ਦੁਆ ਵੀ ਕਰਾਉਂਦੇ ਰਹੇ, ਅਤੇ ਆਪਣੇ ਘਰੇ ਖੰਡ ਵੱਠ ਵੀ ਕਢਾ ਲੈਂਦੇ ਰਹੇ, ਅਤੇ ਕਦੀ ਕਦਾਈਂ ਅਗਰਾਈ ਨੂੰ ਤੁਸੀਂ 1000 ਰੁਪਈਆ ਦੇ ਵੀ ਦਿੰਦੇ ਰਹੇ, ਅਤੇ ਮੇਰੀ ਤਸੱਲੀ ਇਹਨਾਂ ਗੱਲਾਂ ਨਾਲ ਨਾ ਹੀ ਹੁੰਦੀ। ਗੁਰੂ ਦੀ ਹੋ ਜੇ ਤਾਂ ਮੈਂ ਨਹੀਂ ਕਹਿ ਸਕਦਾ, ਗੁਰੂ ਬਹੁਤ ਵੱਡੀ ਹਸਤੀ ਹੈ। ਉਹ ਸਾਨੂੰ ਕਹਿ ਰਹੇ ਨੇ ਕਿ ਮੇਰਾ ਸਿੱਖ ਉਹੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਕਹਿ ਰਹੇ ਨੇ ਗੁਰਬਾਣੀ ਇਹ ਹੈਗੇ, ਇਹ ਕਹਿੰਦੇ ਬਾਹਰੋਂ ਬਾਣੀ ਹੈ, ਦਸਮ ਗ੍ਰੰਥ ਦੀਆਂ ਫਲਾਨੀ, ਇਹ ਕਿੱਥੇ ਲਿਖਿਆ? ਐਸੇ ਤੁਹਾਨੂੰ ਆਮ ਬੰਦੇ ਗੱਲਾਂ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਇਸ ਤੁਕ ਨੂੰ ਸਮਝ ਲੈਣ, ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿਚਾਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾਂ ਖਾਵੇ। ਇਹਦਾ ਮੈਨੂੰ ਅਰਥ ਕਰਕੇ ਦੱਸਣ ਵੀ ਕੀ ਦਾ ਅਰਥ ਬਣਦਾ? ਇਹਦਾ ਅਰਥ ਇੱਕੋ ਹੀ ਬਣਦਾ, ਉਹੀ ਸਿੱਖ ਹੋਏਗਾ ਮੇਰਾ, ਉਹੀ ਮੇਰਾ ਭਰਾ ਹੋਊਗਾ, ਰਿਸ਼ਤੇਦਾਰ ਹੋਊਗਾ, ਉਹ ਮੇਰਾ ਦੋਸਤ ਹੋਊਗਾ, ਸਖਾ, ਜਿਹੜਾ ਗੁਰੂ ਦੇ ਕਹੇ ਅਨੁਸਾਰ ਚੱਲੂਗਾ, ਗੁਰੂ ਦੇ ਬਚਨਾਂ ਦੀ ਪਾਲਣਾ ਕਰੂਗਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ,
ਜੇ ਗੁਰੂ ਕਹਿੰਦਾ ਪੰਜ ਕੱਕੇ ਰੱਖਣੇ ਤੇ ਰੱਖਣੇ, ਜੇ ਗੁਰੂ ਜੀ ਕਹਿੰਦੇ ਆਪੋ ਜੀ ਫਤਿਹ ਬੁਲਾਣੀ ਹੈ ਤੇ ਬੁਲਾਣੀ, ਜੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਪੰਜ ਚਾਰ ਬੱਜਰ ਕਰਿਆ ਤਾਂ ਨਹੀਂ ਕਰਨੀਆਂ ਤੇ ਨਹੀਂ ਕਰਨੀਆਂ, ਜੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਪੰਜ ਕਕਾਰੀ ਰਹਿ ਦੇ ਧਾਰਨੀ ਬਣ ਕੇ ਰਹਿਣਾ ਤੇ ਰਹਿਣਾ ਹੈ, ਜੇ ਗੁਰੂ ਪਾਤਸ਼ਾਹ ਕਹਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ ਤੇ ਇਹ ਬਚਨ ਮੰਨਣਾ ਹੈ, ਬਸੋਂ ਵੱਧ ਗੁਰੂ ਦੇ ਬਚਨ ਮੰਨਣੇ ਆ। ਇਸ ਕਰਕੇ ਅੰਗਰੇਜ਼ ਤੋਂ ਪਾੜ ਕੇ ਡੇਰਾਵਾਲ ਸ਼ੁਰੂ ਕਰ ਦਿੱਤਾ ਗਿਆ, ਦੇਹਧਾਰੀ ਗੁਰੂ ਦੀ ਪ੍ਰਥਾ ਤੋੜ ਦਿੱਤੀ ਗਈ। ਦਾਸ ਆਮ ਬੇਨਤੀ ਕਰਦਾ ਹੈ ਕਿ ਹਿੰਦੂ ਵੀਰਾਂ ਦੇ 1,00,000,00,000 ਗੁਰੂ ਹੋ ਸਕਦਾ ਆ, 33 ਕਰੋੜ ਦੇਵਤਾ ਹੋ ਸਕਦਾ, ਜਿਵੇਂ ਈਸਾਈ ਭਰਾ ਇਕੱਲੇ ਈਸਾ ਤੇ ਸਿਦਕ ਰੱਖਦੇ ਨੇ, ਪਰਮਾਤਮਾ ਤੇ ਸਿਦਕ ਰੱਖਦੇ ਨੇ ਤੇ ਪਾਣੀ ਵਿੱਚ ਗੋਤਾ ਲੈ ਕੇ ਧਰਮ ਵਿੱਚ ਪ੍ਰਵੇਸ਼ ਲੈਂਦੇ ਨੇ। ਸਾਡਾ ਗੁਰਦਾਸਪੁਰ ਇਸ ਗੱਲ 'ਚ ਬਹੁਤ ਮੈਂਸ਼ਨ ਹੋ ਗਿਆ, ਇੱਥੇ ਮੇਰੇ ਉਹਨਾਂ ਦੇ ਪ੍ਰਚਾਰਕ ਭਾਈ ਨਰੂਲਾ ਜੀ ਜਾਂ ਹੋਰ ਐਸੇ ਧਾਰੀਵਾਲ ਦੇ ਆਲੇ ਦੁਆਲੇ ਇੱਥੇ ਜਾ ਕੇ ਬਹੁਤ ਜ਼ੋਰ ਪਿਆ ਵਾ, ਜਿਹਦੇ ਵਿੱਚ ਮੈਂ ਹੁਣ ਕਿਸੇ ਪਿੰਡ ਦਾ ਨਾਂ ਨਹੀਂ ਲੈਣਾ, ਮੇਰੇ ਕੋਲ ਐਸੀਆਂ ਕੰਪਲੇਂਟਾਂ ਆ ਰਹੀਆਂ ਨੇ, ਤੁਸੀਂ ਤਾਂ ਆਪਣੇ ਘਰਾਂ 'ਚ ਬੈਠੇ ਹਾਂ। ਪਿੱਛੇ ਜੇ ਮੈਂ ਜਾ ਕੇ, ਇੱਕ ਮੁੰਡਾ ਪੁਲਿਸ ਸੀ, ਇੱਕ ਹੋਰ ਉਹਦਾ ਭਰਾ ਸੀ, ਉਹ ਦੋਵੇਂ ਬਪਟਾਈਜ਼ ਹੋ ਗਏ ਸਿੱਖਾਂ ਦੇ ਬੰਦੇ, ਉਹ ਦੋਵੇਂ ਬੰਦੇ ਉਹਨਾਂ ਦੇ ਚੁੰਗਲ ਵਿੱਚ ਫਸ ਕੇ ਉਹ ਬਪਟਾਈਜ਼ ਹੋ ਚੁੱਕੇ। ਮੈਂ ਈਸਾਈ ਧਰਮ ਨੂੰ ਮਾੜਾ ਨਹੀਂ ਕਰ ਰਿਹਾ, ਸਾਡੀ ਕਮਜ਼ੋਰੀ ਹੈ, ਅਸੀਂ ਆਪਣੇ ਨੌਜਵਾਨਾਂ ਨੂੰ ਪੜ੍ਹਾਈ ਤਾਂ ਜੇ ਪੜ੍ਹਾਈ ਸਾਨੂੰ ਪੜ੍ਹਾਈ ਵਿੱਚ ਸਰਕਾਰ ਨਹੀਂ ਚਾਹੁੰਦੀ ਕਿ ਪੜ੍ਹਾਈ ਵਿੱਚ ਅਸੀਂ ਇਹ ਸਬਜੈਕਟ ਲਾਈਏ ਸਿੱਖ ਧਰਮ ਬਾਰੇ। ਖਾਲਸਾ ਸਕੂਲ ਖੋਲਿਆ ਸੀ, ਇੱਥੇ ਸਾਡੇ ਬੱਚਿਆਂ ਨੂੰ ਸਾਰਿਆਂ ਨੂੰ ਸਿੱਖੀ ਬਾਰੇ ਪੂਰੀ ਸੋਝੀ ਆਏ। ਜਿੱਥੇ ਅਸੀਂ ਖਾਲਸਾ ਖੋਲਿਆ ਸੀ ਉੱਥੇ ਮੇਰੇ ਈਸਾਈ ਵੀਰਾਂ ਨੇ ਕਾਨਵੈਂਟ ਸਕੂਲ ਖੋਲਿਆ ਸੀ, ਜਦੋਂ ਉਹਨੇ ਕੰਮ ਸ਼ੁਰੂ ਕੀਤਾ ਸਾਡੀ ਤਾਂ ਅਕਲ ਇੱਕ ਥੋੜ੍ਹੀ ਸੀ, ਅਸੀਂ ਤਾਂ ਮੋਟੇ ਦਿਮਾਗ ਵਾਲੇ ਬੰਦੇ ਸੀ, ਜਦੋਂ ਉਹਨੇ ਇਹ ਕੰਮ ਸ਼ੁਰੂ ਕੀਤਾ ਵੀ ਕਾਨਵੈਂਟ ਸਕੂਲ ਵਿੱਚ ਈਸਾ ਜੀ ਦੀ ਪ੍ਰੇਅਰ ਕਰਾਓ, ਥੋੜ੍ਹਾ ਥੋੜ੍ਹਾ ਈਸਾਈ ਧਰਮ ਬਾਰੇ ਜਾਣਕਾਰੀ ਦਿਓ, ਨਾਲੇ ਬੱਚਿਆਂ ਨੂੰ ਪੜ੍ਹਾਓ ਅਤੇ ਨਾਲੇ ਉਹਨਾਂ ਨੂੰ ਈਸਾਈ ਧਰਮ ਬਾਰੇ ਜਾਣਕਾਰੀ ਦਿਓ। ਉਦੋਂ ਹੀ ਨਾਲ ਚੱਲੇ ਨੇ DAV ਸਕੂਲ, ਉਹਨੇ ਖੋਲ੍ਹੇ ਹਿੰਦੂ ਵੀਰਾਂ ਨੇ ਵੀ ਉੱਥੇ ਤੁਸੀਂ ਹਿੰਦੂ ਧਰਮ ਦਾ ਕੰਮ ਸ਼ੁਰੂ ਕਰੋ, ਜੱਗ ਕਰੋ, ਹਮਨ ਕਰੋ, ਲੋਕਾਂ ਨੂੰ ਹਿੰਦੂ ਧਰਮ ਬਾਰੇ ਜਾਣਕਾਰੀ ਦਿਓ। ਉਹਨੇ ਸੋਚਿਆ, ਜਿੱਥੇ ਉਹਨੇ ਸੋਚਿਆ ਉੱਥੇ ਮੇਰੀ ਕੌਮ ਦੇ ਬਜ਼ੁਰਗਾਂ ਨੇ ਵੀ ਸੋਚਿਆ ਵੀ ਖਾਲਸਾ ਸਕੂਲ ਖੋਲ੍ਹੋ, ਬੱਚਿਆਂ ਨੂੰ ਸਿੱਖੀ ਬਾਰੇ ਪੂਰਾ ਜਾਣਕਾਰੀ ਦਿਓ। ਅੱਜ ਉਹਨਾਂ ਖਾਲਸਾ ਸਕੂਲਾਂ 'ਚ ਕੋਈ ਵੀ ਸਿੱਖੀ ਦੀ ਗੱਲ ਨਹੀਂ ਚੱਲਦੀ। ਦੂਸਰਾ ਸੀ ਸਾਡਾ ਕੇਂਦਰ, ਮੈਂ ਮੁਸਲਮਾਨਾਂ ਦੇ ਦੇਸ਼ ਵਿੱਚ ਉੱਥੇ ਗੁੜਗਾਵਾਂ 'ਚ ਨੌਕਰੀ ਕਰਕੇ ਆਇਆ, ਉੱਥੇ ਹਰ ਬੱਚੇ ਨੂੰ ਸਭ ਤੋਂ ਪਹਿਲੀ ਵਿੱਦਿਆ ਮਸਜਿਦ ਵਿੱਚੋਂ, ਮਸੀਤ ਵਿੱਚੋਂ, ਮੌਲਵੀ ਕੋਲੋਂ ਧਰਮ ਦੀ ਦਿੱਤੀ ਜਾਂਦੀ ਰਹੀ, ਉਹ ਤੋਂ ਬਾਅਦ ਬੱਚੇ ਨੂੰ ਸੰਸਾਰਕ ਵਿੱਦਿਆ ਵਿੱਚ ਸਕੂਲ 'ਚ ਪਾ ਦਿੱਤਾ ਗਿਆ। ਮੇਰੀ ਕੌਮ ਵਿੱਚ ਬਿਲਕੁਲ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਰੱਖਿਆ ਗਿਆ, ਸ਼ਰਾਬਾਂ ਖੁੱਲੀਆਂ ਅਤੇ ਨਾਲ ਨਾਲ ਗੰਦੇ ਗਾਣੇ, DJ ਲਾ ਛੱਡੇ, ਨਾ ਮੌਤ ਦਾ ਚੇਤੇ ਹੈ, ਨਾ ਅੱਗੇ ਜਾ ਕੇ ਰੂਹ ਦੀ ਢੋਈ ਕਿਨਾਂ ਕਰਾਉਣੀ। ਇਹ ਤਾਂ ਮੇਰੇ ਪ੍ਰਚਾਰਕ ਕਹਿਣ ਲੱਗ ਪਏ ਕੌਮ ਦੇ ਕਿ ਨਾ ਕੋਈ ਧਰਮਰਾਜ ਹੁੰਦਾ, ਨਾ ਕੋਈ ਨਰਕ ਹੁੰਦੇ ਹੈ, ਨਾ ਕੋਈ ਸਵਰਗ ਹੁੰਦੇ ਹੈ, ਅਤੇ ਗੁਰੂ ਪਾਤਸ਼ਾਹ ਮੈਨੂੰ ਨਹੀਂ ਪਤਾ ਉਹ ਬਾਣੀ ਦੇ ਕੀ ਅਰਥ ਕਰਨਗੇ। ਉਹ ਕਹਿੰਦੇ ਨੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਇੱਕ ਪਾਸੇ ਉਹ ਕਹਿੰਦੇ ਨੇ ਕਿ ਸਿੱਖ ਨੂੰ ਨਾ ਕੋਈ ਨਰਕ ਹੈ, ਨਾ ਕੋਈ ਸਵਰਗ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਚਲੇ ਗਿਆ, ਉਹ ਧਰਮਰਾਜ ਦੇ ਕਟਹਿਰੇ 'ਚੋਂ ਸਾਈਡ 'ਤੇ ਹੋ ਗਿਆ, ਉਹਦਾ ਪਾਸਾ ਖਤਮ ਹੋ ਗਿਆ। ਪਰ ਜਿਹੜਾ ਬੰਦਾ ਮਨਮੁੱਖ ਹੈ ਉਹਨੂੰ ਕਹਿੰਦੇ ਨੇ ਮਨਮੁੱਖ ਆਵੈ, ਮਨਮੁੱਖ ਜਾਵੈ, ਮਨਮੁੱਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁੱਖ ਭੋਗੈ, ਗੁਰਮੁਖ ਲੇਪ ਨਾ ਮਾਸਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ।
ਰੋਜ ਤੁਸੀਂ ਪੜ੍ਹਦੇ ਸਾਕਤ ਹਰਰਾ ਸਾਧ ਨਾ ਜਾਣਿਆ ਤੈਨੇ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚੱਲੈ ਚੁੱਪੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਤੇ ਉਹ ਤੋਂ ਦੂਜੇ ਪਾਸੇ ਕਹਿਣਗੇ ਦੂਜਾ ਤੁਹਾਡਾ ਪਾਸਾ ਦੱਸਣਗੇ ਗੁਰਸਿੱਖਾਂ ਦਾ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਜੰਮਣ ਮਰਨ ਦਾ ਦੁੱਖ ਖੰਡਿਆ ਜਾਊਗਾ ਹਰੀ ਜਨਾਂ ਦਾ ਇਸ ਕਰਕੇ ਸਾਡੇ ਅੱਜ ਸਮਾਗਮਾਂ ਦਾ ਇੱਕੋ ਹੀ ਪ੍ਰਯੋਜਨ ਹੈ ਵੀ ਤੁਸੀਂ ਜਾਗੋ ਉਹਦੇ ਵਿੱਚ ਮੇਰੀ ਇੱਕ ਮੇਰੇ ਮਨ 'ਚ ਆਉਂਦਾ ਵੀ ਮੈਂ ਪਿੱਛੇ ਥੋੜ੍ਹਾ ਜਿਹਾ ਜਦੋਂ ਦੇਖਿਆ ਅਤੇ ਜੇ ਗੁਰੂ ਪਾਤਸ਼ਾਹ ਦੀ ਸੰਤਾਨ ਨੇ ਕੋਈ ਗੁਰਬਾਣੀ 'ਤੇ ਗਲਤ ਉਲਟ ਗੱਲ ਕੀਤੀ ਹੈ ਅਤੇ ਮੇਰੇ ਪਾਤਸ਼ਾਹ ਨੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਦਾ ਬੇਟਾ ਰਾਮ ਰਾਏ ਗੁਰੂ ਪਾਤਸ਼ਾਹ ਨੂੰ ਕਹਿੰਦੇ ਅਸੀਂ ਤੁਰਕ ਦੇ ਮੱਥੇ ਨਹੀਂ ਲੱਗਣਾ ਔਰੰਗਜ਼ੇਬ ਦੇ ਔਰੰਗਜ਼ੇਬ ਉਹਨਾਂ ਨੂੰ ਸੱਦਣਾ ਚਾਹੁੰਦਾ ਮੈਂ ਉਹ ਟੌਪਿਕ ਨੂੰ ਜ਼ਿਆਦਾ ਨਹੀਂ ਖੜਨਾ ਕਹਿਣ ਤੋਂ ਭਾਵ ਵੀ ਜੇ ਉਹਨਾਂ ਇੱਕ ਗਲਤੀ ਕੀਤੀ ਹੈ 72 ਕਰਾਮਾਤਾਂ ਦਿਖਾਲ ਕੇ ਇਤਿਹਾਸਕ ਪੱਖ ਤੋਂ ਅੱਜ ਇਤਿਹਾਸ 'ਤੇ ਵੀ ਬੜੀ ਕਿੰਤੂ ਪੰਤੂ ਹੋ ਰਹੀ ਹੈ ਬੜਾ ਮੈਂ ਕਮਾਲ ਹੈ ਇਸ ਕੌਮ ਦੀ ਇਹ ਕੌਮ ਵਿੱਚ ਕੋਈ ਵੀ ਮੇਰੀ ਤਾਂ ਸਮਝ 'ਚ ਨਹੀਂ ਆਉਂਦਾ ਮੈਂ ਤਾਂ ਉਦੋਂ ਛਦਾਈ ਹੋਏ ਪਿਆ ਮੈਂ ਤੁਹਾਨੂੰ ਕੀ ਦੱਸਾਂ ਕੀ ਨਹੀਂ ਦੁੱਖ ਜ਼ਰੂਰ ਲੱਗਦਾ ਇਕੱਠੇ ਹੋ ਕੇ ਬੈਠਣ ਜੋਗੇ ਇਹਨਾਂ ਕੋਲ ਸਮਰੱਥਾ ਨਹੀਂ ਰਹੀ ਮਰਿਆਦਾ ਇੱਕ ਨਹੀਂ ਕਰ ਸਕੇ ਹਜੇ ਤੱਕ 250 ਸਾਲ ਕਿਉਂਕਿ ਦੂਜਾ ਬੰਦਾ ਨਹੀਂ ਚਾਹੁੰਦਾ ਵੀ ਇਹ ਲੋਕ ਇਕੱਠੇ ਰਹਿਣ ਅਤੇ ਇਹਨਾਂ ਦਾ ਅੱਗੇ ਜਿਹੜਾ ਧਰਮ ਹੈ ਇਹ ਡਿਵੈਲਪ ਹੋ ਕੇ ਇਸ ਕਿਉਂਕਿ ਇਹਨਾਂ ਕੋਲ ਬਹੁਤ ਕੀਮਤੀ ਸਿਧਾਂਤ ਹੈ ਸਿੱਖਾਂ ਕੋਲ ਪਿਆ ਸਭ ਤੋਂ ਸਾਰੇ ਧਰਮ ਚੰਗੇ ਨੇ ਸਤਿਕਾਰਯੋਗ ਨੇ ਪਰ ਜਿੰਨੀ ਸਿੱਖਾਂ ਦੇ ਧਰਮ ਵਿੱਚ ਵਿਸ਼ਾਲਤਾ ਆ ਸਭੇ ਸਾਂਝੀ ਵਾਲ ਸਦਾਇਨ ਜਾਂ ਜਗਤ ਚੱਲਣ ਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਤੇ ਤਹਿਲਿਓ ਬਾਹਰ ਤੂੰ ਕਿਸੇ ਨਾ ਦਿਸੈ ਬਾਹਰ ਆ ਜੀ ਹੋ ਜਿਹੜੇ ਇਹਨਾਂ ਦੇ ਸਿਧਾਂਤ ਨੇ ਗਰੀਬ ਅਮੀਰ ਨੂੰ ਬਰਾਬਰ ਕਰਨਾ ਊਚ ਨੀਚ ਨੂੰ ਬਰਾਬਰ ਰੱਖਣਾ ਜਨਾਨੀ ਨੂੰ ਬਰਾਬਰਤਾ ਦੇਣੀ ਇਹਦੇ ਨਾਲ ਨਾਲ ਆਪਣੀ ਕਿਰਤ ਕਮਾਈ ਇਮਾਨਦਾਰੀ ਦੀ ਕਰਕੇ ਲੋੜ ਬੰਦਿਆਂ ਦੀ ਮਦਦ ਕਰਨੀ ਤੇ ਨਾਲ ਕਹਿਣਾ ਤੇਰੇ ਭਾਣੇ ਸਰਬੱਤ ਦਾ ਭਲਾ ਬੜਾ ਸਿਧਾਂਤ ਹੈ ਇਹਨਾਂ ਕੋਲ ਪਰ ਮੁਸ਼ਕਲ ਇਹ ਹੈ ਸਾਡੀ ਕਮਜ਼ੋਰੀ ਹੈ ਸਾਡੇ ਆਗੂਆਂ ਦੀ ਕਮਜ਼ੋਰੀ ਹੈ ਜਾਂ ਸਾਡੀ ਬਦਕਿਸਮਤੀ ਮੈਂ ਇਹਨੂੰ ਕਵਾਂ ਜਾਂ ਗੁਰੂ ਸਾਹਿਬ ਦੀ ਢਿੱਲ ਕਵਾਂ ਕੀ ਕਵਾਂ ਮੈਂ ਤਾਂ ਕੁਛ ਨਹੀਂ ਸਮਝ ਲੱਗਦੀ ਵੀ ਇਹ ਇੰਨੀ ਮਾੜੀ ਹਾਲਤ ਹੋ ਗਈ ਹੈ ਇੰਨਾ ਕਲਯੁੱਗ ਦਾ ਜ਼ੋਰ ਆ ਗਿਆ ਵੀ ਅਸੀਂ ਗੁਰਦੁਆਰੇ ਜਾਣ ਤੋਂ ਸੰਕੋਚ ਕਰ ਗਏ ਗੁਰਦੁਆਰਾ ਬਿਲਕੁਲ ਸਾਡੇ ਬੰਦ ਹੁੰਦੇ ਜਾ ਰਹੇ ਨੇ ਅਤੇ ਨਾਲ ਨਾਲ ਅਸੀਂ ਹੋਰ ਮੇਲੇ ਮੁਸਾਫਰਾਂ 'ਚ ਜਾਂ ਐਸਿਆਂ ਕੰਮਾਂ 'ਚ ਡੇਰਿਆਂ 'ਚ ਜਾ ਕੇ ਆਪਣਾ ਜੀਵਨ ਦਾ ਅਜਾਈ ਸਮਾਂ ਕੀਮਤੀ ਸਮਾਂ ਅਜਾਈ ਗੁਆਉਣਾ ਪੈਂਦਾ ਸੋ ਬੇਨਤੀ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਈਸਾਈ ਬੰਦਾ ਹਰ ਬੰਦਾ ਧਰਮ 'ਚ ਪ੍ਰਵੇਸ਼ ਲੈਂਦਾ ਉਹ ਪਾਣੀ 'ਚ ਗੋਤਾ ਲੈ ਕੇ ਧਰਮ 'ਚ ਪ੍ਰਵੇਸ਼ ਲੈਂਦਾ ਉਸ ਦਿਨ ਤੋਂ ਈਸਾ 'ਤੇ ਯਕੀਨ ਕਰਦਾ ਅਤੇ ਨਾਲ ਪਰਮਾਤਮਾ 'ਤੇ ਸਿੱਧਕ ਰੱਖਦਾ ਇੱਕ ਪਾਦਰੀ ਨਾਲ ਜੁੜ ਕੇ ਐਜੂਕੇਟਡ ਪਾਦਰੀ ਹੈ ਹਰ ਬੰਦਾ ਪਾਦਰੀ ਨਹੀਂ ਬਣੂੰਗਾ ਇਸੇ ਤਰੀਕੇ ਨਾਲ ਜਿਹੜਾ ਮੁਸਲਮਾਨ ਹੈ ਉਹ ਸੁਨਤ ਕਰਾ ਕੇ ਧਰਮ 'ਚ ਰਲਦਾ ਹਜੇ ਤੱਕ ਸਾਰੇ ਸੁਨਤ ਕਰਾਉਂਦੇ ਨੇ ਕਲਮੇ ਪੜ੍ਹਦੇ ਨੇ ਨਮਾਜ਼ਾਂ ਕਿਉਂਕਿ ਜਦੋਂ ਅਸੀਂ ਮਰਾਂਗੇ ਸਾਡੀ ਰੂਹ ਅੱਲਾਹ ਤਾਲੇ ਦੇ ਦਰਬਾਰ ਵਿੱਚ ਸੁਰਖਰੂ ਹੋਊਗੀ ਮੁਹੰਮਦ ਜ਼ਰੀਏ ਈਸਾ ਦੇ ਪੈਰੋਕਾਰਾਂ ਨੂੰ ਵਿਸ਼ਵਾਸ ਹੈ ਸਾਡੀ ਰੂਹ ਈਸਾ ਦੇ ਜ਼ਰੀਏ ਉਸ ਦਰਬਾਰ ਵਿੱਚ ਉਸਦੀ ਅੱਲਾਹ ਦੇ ਦਰਗਾਹ ਵਿੱਚ ਸੁਰਖਰੂ ਹੋਊਗੀ ਇਸੇ ਤਰੀਕੇ ਨਾਲ ਉਹਨਾਂ ਦੀ ਸੁਨਤ ਉਹਨਾਂ ਦਾ ਗੋਤਾ ਹਿੰਦੂ ਦਾ ਜਨੇਊ ਅਤੇ ਸਾਰੇ ਸਿੱਖਾਂ ਦਾ ਪੀਵੋ ਪੋਹਲ ਖੰਡੇ ਤਾਂ ਇਹ ਨਹੀਂ ਵੀ ਚਾਰ ਬੰਦੇ ਖੰਡੇ ਦੀ ਬਹੁਤ ਛੱਕ ਲੈਣ ਬਾਕੀ ਠੇਕੇ 'ਤੇ ਸ਼ਰਾਬ ਪੀਂਦੇ ਹੋਣ
ਫਿਰ ਉਹਨਾਂ ਦੀ ਯਾਦ ਬਾਈਕਾਟ ਕੀਤਾ ਜਾਏ। ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਗੁਰੂ ਪਾਤਸ਼ਾਹ ਦੀ ਸੰਤਾਨ ਹੋਏ, ਇੱਕ ਗਲਤੀ ਕਰਦਾ ਹੋਏ, ਭਾਵ ਮਿੱਟੀ ਮੁਸਲਮ ਦੀ ਥਾਂ ਬੇਈ ਕਹਿੰਦਾ ਹੋਏ, ਇੰਨੀ ਗਲਤੀ ਕਰਨ ਦੇ ਬਾਵਜੂਦ ਤੇ ਉਹਨੂੰ ਹਮੇਸ਼ਾ ਵਾਸਤਾ ਗੁਰੂ ਜੀ ਆਪਣੇ ਮੱਥੇ ਲੱਗਣ ਤੋਂ ਮਨਾ ਕਰ ਦੇਣ, ਤੇਰਾ ਸਾਡਾ ਰਿਸ਼ਤਾ ਹੀ ਨਹੀਂ ਕੋਈ ਵੀ ਰਿਹਾ। ਇਹ ਸੀ ਸਿਧਾਂਤ ਗੁਰਬਾਣੀ ਦਾ ਸਤਿਕਾਰ। ਦੂਜੇ ਪਾਸੇ ਸੀ ਗੁਰਬਾਣੀ ਦੀ ਨਰਾਦਰੀ। ਜੇ ਨਰਾਦਰੀ ਕੀਤੀ ਹੈ ਤੇ ਉਹਨੂੰ ਸਾਰੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਵੀ ਇਹਦੇ ਕੋਈ ਵੀ ਬੰਦੇ ਮੱਥੇ ਨਾ ਲੱਗਣ ਮੇਰੇ ਸਿੱਖ। ਇਹ ਸੀ ਸਿਧਾਂਤ ਦੇ ਨਾਲ ਸਜ਼ਾ। ਇਸੇ ਤਰੀਕੇ ਨਾਲ ਸਿਧਾਂਤ ਦੇ ਨਾਲ ਸਜ਼ਾ ਸੀ ਮੇਰੇ ਪਾਤਸ਼ਾਹ ਨੇ, ਜਿਹੜੇ ਮਸੰਦਾ ਗੁਰੂ ਅਮਰਦਾਸ ਸਾਹਿਬ ਤੋਂ ਪੀੜ੍ਹੀਆਂ ਅਤੇ ਮੰਜੀਆਂ ਥਾਪੀਆਂ ਗਈਆਂ, ਉਹਨਾਂ 'ਚ ਅੱਗੇ ਉਹਨਾਂ ਦੇ ਨਾਂ ਮਸੰਦਾ ਦੇ ਤੌਰ 'ਤੇ ਰੱਖ ਦਿੱਤੇ ਗਏ। ਜਿਹੜੇ ਮਸੰਦ ਸਨ ਉਹਨਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਕਿਸੇ ਨਕਲ ਨੀਚੀ ਨੇ ਐਸਾ ਨਕਲ ਲਾ ਕੇ ਦੱਸੀ, ਇੱਕ ਮਸੰਦ ਦਾ ਜੀਵਨ ਦੱਸਿਆ, ਸਿੱਖ ਦੇ ਘਰ ਕਿਵੇਂ ਜਾਂਦਾ, ਕਿਵੇਂ ਉਹਦੇ ਤੋਂ ਮਾਸ ਮੰਗਾਉਂਦਾ, ਕਿਸ ਤਰੀਕੇ ਨਾਲ ਇੱਕ ਵਿਸ਼ਵਾ ਕੁਛ ਵੀ ਮੈਂ ਉਹਨੂੰ ਖੋਲ੍ਹਣਾ ਨਹੀਂ ਚਾਹੁੰਦਾ। ਇਹ ਗੱਲਾਂ ਬੜੀਆਂ ਕਿੰਤੂ ਵਿਸ਼ਿਆ ਹੋ ਜਾਣ। ਮੇਰਾ ਕਹਿਣ ਤੋਂ ਭਾਵ ਇਹ ਹੈ ਜੇ ਮਸੰਦ ਨੇ ਗਲਤੀ ਕੀਤੀ ਹੈ, ਜਿਹੜੇ ਮਸੰਦ ਨੇ ਠੀਕ ਗੁਰੂ ਘਰ ਦੀ ਸੇਵਾ ਨਿਭਾਈ ਉਹਨੂੰ ਸਤਿਕਾਰ ਦਿੱਤਾ ਗਿਆ, ਅਤੇ ਜਿਹੜੇ ਮਸੰਦ ਨੇ ਗਲਤੀ ਕੀਤੀ ਹੈ ਉਹਨੂੰ ਤੇਲ ਸੁੱਟ ਕੇ ਸਾੜ ਦਿੱਤਾ ਗਿਆ ਅਨੰਦਪੁਰ ਸਾਹਿਬ 'ਚ। ਕਾਰਨ ਕੀ ਹੈ? ਡਿਸਿਪਲਿਨ ਐਂਡ ਪੰਚਮੈਂਟ। ਜਿਹੜਾ ਵੀ ਬੰਦਾ ਕਾਨੂੰਨ ਦੀ ਉਲੰਘਣਾ ਕਰਦਾ ਉਹਨੂੰ ਸਜ਼ਾ। ਹੁਣ ਸਾਡੇ ਕੋਲ ਇੱਥੇ ਡੈਮੋਕਰੇਸੀ ਹੈ, ਡੈਮੋਕਰੇਸੀ ਦਾ ਮਤਲਬ ਲੋਕਤੰਤਰ ਪ੍ਰਣਾਲੀ ਆ ਗਈ। ਉਦੋਂ ਹੈਗਾ ਸੀ ਇੱਕ ਪੁਰਖੀ ਰਾਜ, ਹੁਣ ਆ ਗਈ ਲੋਕਤੰਤਰ ਪ੍ਰਣਾਲੀ। ਇਹਦੇ ਵਿੱਚ ਹੁਣ ਸੰਵਿਧਾਨ ਬਣ ਚੁੱਕਿਆ। ਮੈਂ ਹੁਣ ਸੰਵਿਧਾਨ ਬਾਰੇ ਆਪ ਜੀ ਨਾਲ ਬੇਨਤੀ ਕਰਾਂ। ਹਿੰਦੁਸਤਾਨ ਦੇ ਸੰਵਿਧਾਨ ਵਿੱਚ ਇੱਕ ਮੇਰੇ ਬਜ਼ੁਰਗ ਨੇ ਬਾਬਾ ਅੰਬੇਦਕਰ ਨੇ ਉਹਨੇ ਲਿਖਿਆ ਸਿੱਖ ਦੀ ਪਰਿਭਾਸ਼ਾ ਵਿੱਚ ਕਿ ਜਿਹੜਾ ਵੀ ਬੰਦਾ ਭਾਰਤ ਵਿੱਚ ਸਿੱਖ ਕੌਮ ਨਾਲ ਜੁੜਿਆ ਹੋਇਆ, ਜੇ ਉਹਦੇ ਕੋਈ ਬੰਦਾ ਕੇਸਾਂ ਦੀ ਬੇਅਦਬੀ ਕਰੇ, ਉਹਦੀ ਦਾੜੀ ਦੀ ਬੇਅਦਬੀ ਕਰੇ, ਉਹਦੇ ਕੇਸਾਂ ਨੂੰ ਪੁੱਟੇ ਜਾਂ ਉਹਨੂੰ ਖਿੱਚੇ, ਉਹਦੇ ਕੇਸਾਂ ਦੀ ਬੇਅਦਬੀ ਕਰੇ, ਤੇ ਉਸ ਬੰਦੇ ਨੂੰ ਸੰਵਿਧਾਨ ਦੇ ਤੌਰ 'ਤੇ 2 ਸਾਲ ਦੀ ਸਜ਼ਾ ਅਤੇ ਧਾਰਾ ਲਾ ਕੇ 295 ਦੀ ਉਹ ਬੰਦੇ ਨੂੰ ਅੰਦਰ ਬੰਦ ਕਰ ਦਿਉ ਜਿਹੜਾ ਸਿੱਖ ਦੇ ਕੇਸਾਂ ਦੀ ਬੇਅਦਬੀ ਕਰੇ। ਭਾਰਤ ਦੇ ਹਜੇ ਤੱਕ ਉਹ ਗੱਲ ਉਵੇਂ ਹੀ ਹੈ। ਭਾਰਤ ਦੇ ਕਾਨੂੰਨ ਵਿੱਚ ਸਿੱਖ ਦੇ ਕੇਸ ਦੀ ਇੰਨੀ ਸਫਾਜ਼ਤ ਕੀਤੀ ਹੋਏ, ਇੰਨੀ ਉਹਦੀ ਸੰਭਾਲ ਕੀਤੀ ਹੋਏ ਕਾਨੂੰਨ ਨੇ, ਅਤੇ ਦੂਜੇ ਪਾਸੇ ਸਿੱਖ ਦਾ ਨੌਜਵਾਨ ਬੰਦਾ 100 ਰੁਪਈਆ ਦੇ ਕੇ ਨਾਈ ਦੀ ਦੁਕਾਨ 'ਤੇ ਜਾ ਕੇ ਬੈਠਾ ਹੋਏ, ਕੁੜੀ ਵੀ ਜਾ ਕੇ ਬੂਟੀ ਪਾਲ 'ਚ ਬੈਠੀ ਹੋਏ, ਆਪ ਜਾ ਕੇ ਕਹਿੰਦੇ ਹੁਣ ਵੀ ਪੈਸੇ ਵੀ ਲੈ ਅਤੇ ਬੇਅਦਬੀ ਵੀ ਕਰ, ਤੈਨੂੰ ਕੋਈ ਨਹੀਂ ਚੈਲੰਜ ਕਰ ਸਕਦਾ, ਨਾ ਤੇਰੇ 'ਤੇ 295 ਦੀ ਧਾਰਾ ਲੱਗ ਸਕਦੀ ਹੈ, ਨਾ ਤੈਨੂੰ ਕੋਈ ਸਜ਼ਾ ਮਿਲ ਸਕਦੀ ਹੈ, ਕਰ ਜੋ ਕਰਨਾ, ਪੈਸੇ ਲੈ, ਦਾੜੀ ਵੱਢ। ਦੁੱਖ ਨਾਲ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ। ਹਰ ਕੌਮ ਨੂੰ ਆਪਣੇ ਅੱਗੇ ਲੈ ਕੇ ਜਾਣ ਦਾ ਫਿਕਰ ਹੁੰਦਾ ਵੀ ਸਾਡੀ ਕੌਮ ਦੁਨੀਆ 'ਤੇ ਸਪਰੈਡ ਹੋਏ, ਤਾਂ ਇੱਥੇ ਨਰੂਲੇ ਹੋਰੀ ਦੌੜੇ ਭੱਜੇ ਫਿਰਦੇ। ਨਰੂਲਾ ਹਜੇ ਜੰਮਿਆ ਸਹਾਈ ਨਹੀਂ ਹੈ, ਇਹ ਦੌੜਿਆ ਭੱਜਿਆ ਫਿਰਦਾ। ਮੈਨੂੰ ਨਹੀਂ ਪਤਾ ਲਾਲਚ ਹੈ ਕੀ ਗੱਲ ਹੈ ਕੀ ਨਹੀਂ। ਆਪਣੇ ਧਰਮ ਪਹਿਲਾਂ ਆਪਣਾ ਘਰ ਦੇਖਣਾ ਚਾਹੀਦਾ ਵੀ ਮੇਰੇ ਘਰ 'ਚ ਕੀ ਘਾਟ ਹੈ। ਸਿੱਖਾਂ ਨੂੰ ਵੀ ਇਹ ਗੱਲ ਦੇਖਣੀ ਚਾਹੀਦੀ ਵੀ ਸਿੱਖ ਧਰਮ 'ਚ ਕੀ ਕਮੀ ਰਹਿ ਗਈ ਵੀ ਹੈ, ਜਿਹਦੇ ਕਰਕੇ ਅਸੀਂ ਕਿਸੇ ਹੋਰ ਬਾਬੇ 'ਤੇ ਜਾ ਕੇ ਗੋਡੇ ਘੁੱਟੀਏ। ਸਾਡੇ ਕੋਲ ਤਾਂ ਸਿਧਾਂਤ ਹੀ ਰੱਬ ਹੈ, ਸਿਧਾਂਤ ਹੀ ਗੁਰੂ ਕੀ ਰਹਿਤ ਹੈ, ਉਹਦੇ ਵਿੱਚ ਬੰਦ ਹੋ ਕੇ ਹਰ ਲੜਕੀ ਸਿੱਖ ਧਰਮ ਵਿੱਚ ਪ੍ਰਵੇਸ਼ ਲੈਂਦੀ ਹੋਏ, ਹਰ ਲੜਕਾ ਸਿੱਖ ਧਰਮ ਵਿੱਚ ਪ੍ਰਵੇਸ਼ ਲੈਂਦਾ ਹੋਏ। ਜਿਹੜਾ ਬੰਦਾ ਸਿੱਖ ਧਰਮ ਵਿੱਚ ਪ੍ਰਵੇਸ਼ ਲੈਣਾ ਨਹੀਂ ਚਾਹੁੰਦਾ, ਉਹਦੇ ਘਰੇ ਘੱਟੋ ਘੱਟ ਅਸੀਂ ਉਹਨੂੰ ਕੋਈ ਜਿਵੇਂ ਗੁਰੂ ਪਾਤਸ਼ਾਹ ਉਹਦਾ ਬਾਈਕਾਟ ਕਰਦੇ ਨੇ, ਉਹਦੇ ਘਰੇ ਅਸੀਂ ਪਾਠ ਨਾ ਪੜ੍ਹੀਏ। ਪੰਥਕ ਹੁਕਮ ਹੈ, ਕੁੜੀ ਮਾਰ, ਨੜੀ ਮਾਰ, ਸਿਰ ਗੁੰਮਣਾ, ਰੋਟੀ ਬੇਟੀ ਦੀ ਸਾਂਝ ਨਹੀਂ ਪਾਣੀ, ਜਿਹੜੀ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਉੱਚ ਪੁਆਇੰਟ ਦਿੱਤਾ ਹੋਇਆ, ਇਹ ਪੁਆਇੰਟ ਦਿੱਤਾ ਹੋਇਆ ਕਿ ਅਨਮਤੀਆਂ ਦਾ ਆਨੰਦ ਰੀਤੀ ਨਾਲ ਵਿਆਹ ਨਹੀਂ ਪੜ੍ਹਨਾ,
ਕੋਈ ਵੀ ਮੁਸਲਮਾਨਾਂ ਦੇ ਮੌਲਵੀ ਕੋਲ ਬੰਦਾ ਜਾਏ, ਹਿੰਦੂ ਜਾਂ ਸਿੱਖ ਜਾਏ ਜਾਂ ਈਸਾਈ ਜਾਏ, ਉਹਦਾ ਕਦੇ ਵੀ ਨਿਕਾਹ ਮੌਲਵੀ ਨਹੀਂ ਕਰੂਗਾ ਜਿੰਨਾ ਚਿਰ ਤੱਕ ਉਹ ਕਲਮਾ ਪੜ੍ਹ ਕੇ ਸੁਨਤ ਕਰਾ ਕੇ ਮੁਸਲਮਾਨ ਨਹੀਂ ਬਣੂਗਾ। ਕੋਈ ਈਸਾਈ ਪਾਦਰੀ ਉਹਨਾਂ ਚਿਰ ਕਿਸੇ ਦਾ ਨਿਕਾਹ ਨਹੀਂ ਪੜੂਗਾ, ਮੁਸਲਮਾਨ ਆ ਜਾਏ ਉਹਦੇ ਕੋਲ, ਹਿੰਦੂ ਚਲੇ ਜਾਏ, ਸਿੱਖ ਚਲੇ ਜਾਏ, ਪਾਦਰੀ ਨਿਕਾਹ ਨਹੀਂ ਕਰੂਗਾ ਜਿੰਨਾ ਚਿਰ ਤੱਕ ਉਹ ਪਾਣੀ 'ਚ ਗੋਤਾ ਲੈ ਕੇ ਈਸਾਈ ਧਰਮ ਨੂੰ ਕਬੂਲ ਕਰਦਾ ਹੋਇਆ, ਬਾਈਬਲ ਨੂੰ ਕਬੂਲ ਕਰਦਾ ਹੋਇਆ, ਈਸਾ ਜੀ ਨੂੰ ਕਬੂਲ ਕਰਦਾ ਹੋਇਆ ਉਹਦੇ ਵਿੱਚ ਪ੍ਰਵੇਸ਼ ਨਾ ਲਏ, ਉਨਾ ਚਿਰ ਉਹਦਾ ਨਿਕਾਹ ਨਹੀਂ ਕਰੂਗਾ। ਕੋਈ ਹਿੰਦੂ ਈਸਾਈ ਦਾ ਜਾਂ ਮੁਸਲਮਾਨ ਦਾ ਜਾਂ ਸਿੱਖ ਦਾ, ਜੇ ਸਿੱਖ ਜਾ ਕੇ ਕਹੇ ਵੀ ਮੇਰਾ ਵਿਆਹ ਤੁਸੀਂ ਆਪਣੀ ਰੀਤੀ ਨਾਲ ਅੱਗ ਬਾਲ ਕੇ ਪੜ੍ਹ ਦਿਓ, ਮੈਂ ਨਹੀਂ ਕਹਿ ਸਕਦਾ, ਪਰ ਮੈਂ ਉਹਨਾਂ ਨੂੰ ਕੁਛ ਨਹੀਂ ਕਹਿੰਦਾ। ਤੁਹਾਡੇ ਵਿੱਚ ਮੈਂ ਇਹ ਬੇਨਤੀ ਕਰਦਾ ਹਾਂ ਵੀ ਜਦੋਂ ਤੁਸੀਂ ਇਹ ਖਾਸ ਕਰਕੇ ਪੰਜਾਬ ਵਿੱਚ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਰੱਖਿਆ, ਔਰ ਨਾ ਮੇਰੀ ਪੰਜਾਬ ਦੀ ਸਰਕਾਰਾਂ ਨੇ ਇਸ ਗੱਲ ਦਾ ਧਿਆਨ ਰੱਖਿਆ, ਅਸੀਂ ਬੜਾ ਯਤਨ ਕਰਕੇ, ਮੇਰੇ ਕੌਮੀ ਚਿੰਤਕਾਂ ਨੇ ਇੱਕ ਬਿੱਲ ਬਣਾਇਆ, ਉਹਦਾ ਨਾਂ ਰੱਖਿਆ ਸੀ ਆਨੰਦ ਐਕਟ। ਆਨੰਦ ਐਕਟ ਮਤਲਬ ਹਿੰਦੁਸਤਾਨ 'ਚ ਵੱਸਦੇ ਸਿੱਖਾਂ ਦਾ ਜਿੱਥੇ ਵੀ ਉਹ ਆਪਣੀ ਆਪਣੀ ਸਟੇਟ ਨੇ ਲਾਗੂ ਐਕਟ ਬਣ ਗਿਆ ਵੀ ਸਿੱਖ ਦਾ ਵਿਆਹ ਜਿਹੜਾ ਉਹ ਜਿੱਦਾਂ ਅਸੀਂ ਲੈਂਦੇ ਲਾਵਾਂ ਜਾਂ ਲਾਵਾਂ ਦਾ ਪਾਠ ਹੁੰਦਾ, ਪੱਲੇ ਦੀ ਰਸਮ ਹੁੰਦੀ ਹੈ, ਇਹਨੂੰ ਆਪਾਂ ਮੈਨਸ਼ਨ ਕਰ ਦਿੱਤਾ ਵੀ ਇਹ ਸਾਡੇ ਧਰਮ ਦੀ ਗੱਲ ਹੈ। ਹਿੰਦੂ ਦੀ ਅੱਗ ਬਾਲ ਕੇ ਵਿਆਹ ਹੁੰਦਾ, ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਲਾਵਾਂ ਲੈ ਕੇ ਹੁੰਦਾ, ਇਹ ਹੈ ਆਨੰਦ ਐਕਟ ਵੀ ਅਸੀਂ ਆਪਣਾ ਵਿਆਹ ਆਨੰਦ ਐਕਟ 'ਚ ਮੰਨਾਂਗੇ, ਸਾਨੂੰ ਆਨੰਦ ਐਕਟ ਦੀ ਪਰਮਿਸ਼ਨ ਦਿੱਤੀ ਜਾਏ। ਸਰਕਾਰ ਨੇ ਕਹਿ ਦਿੱਤਾ ਵੀ ਹਾਂ ਠੀਕ ਹੈ, ਤੁਸੀਂ ਆਪਣਾ ਕੌਂਸਟੀਟਿਊਸ਼ਨ 'ਚ ਗੱਲ ਕਰ ਦਿੱਤੀ ਵੀ ਤੁਸੀਂ ਆਪਣਾ ਆਨੰਦ ਐਕਟ ਆਪਣਾ ਲਾਗੂ ਕਰ ਲਓ। ਹੁਣ ਇਹ ਲਾਗੂ ਕਰਨਾ ਸਰਕਾਰਾਂ ਨੇ, ਪੰਜਾਬ ਦੀ ਸਰਕਾਰ ਨੇ, ਬਿਹਾਰ ਦੀ ਸਰਕਾਰ ਨੇ ਲਾਗੂ ਕਰ ਲਿਆ, ਪਾਕਿਸਤਾਨ 'ਚ ਐਕਟ ਲਾਗੂ ਹੋ ਗਿਆ, ਪਾਕਿਸਤਾਨ 'ਚ 30,000 ਸਾਰੇ ਸਿੱਖ ਹੈ, ਸ਼ਾਇਦ ਹਰਿਆਣੇ ਵਿੱਚ ਇਹ ਲਾਗੂ ਹੋਇਆ, ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਜਿੱਥੇ ਤੁਸੀਂ ਸੰਘਣੇ ਬੈਠੇ ਹੈ ਉੱਥੇ ਕੋਈ ਸਰਕਾਰ, ਕਿਉਂਕਿ ਜਦੋਂ ਤੁਹਾਡੇ ਅੰਦਰ ਸਿੱਖੀ ਦੀ ਕੋਈ ਭਾਵਨਾ ਹੀ ਨਹੀਂ ਰਹੀ, ਤੁਸੀਂ ਤਾਂ ਸਿੱਖੀ ਤੋਂ ਬਿਲਕੁਲ ਨਿਵੇਕਲੇ ਹੋ ਗਏ, ਤੁਸੀਂ ਤਾਂ ਸਿਰਫ ਮੱਥਾ ਟੇਕਣ ਤੱਕ ਗੁਰੂ ਪਾਤਸ਼ਾਹ ਨੂੰ ਰੱਖ ਲਿਆ, ਤੁਸੀਂ ਤਾਂ ਸ਼ਾਇਦ ਇਹ ਗੱਲ ਸੋਚ ਲਈ ਵੀ ਦਰਸ਼ਨ ਪਰਸੇ ਹੈ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਐਦੇ ਰੁਮਾਲਿਆਂ 'ਚ ਗੁਰੂ ਜੀ ਦੇ ਦਰਸ਼ਨ ਕਰਕੇ ਜਨਮ ਮਰਨ ਦਾ ਦੁੱਖ ਚਲੇ ਜਾਣਾ, ਫਿਰ ਸ਼ਰਾਬ ਵੀ ਪੀ ਲਓ, ਝੂਠ ਵੀ ਬੋਲ ਲਓ ਜਾਂ ਸਾਰਾ ਕੁਛ ਕਰ ਲਓ, ਕਿਵੇਂ ਕੀ ਸੋਚਿਆ ਕੀ ਨਹੀਂ ਸੋਚਿਆ, ਇਹ ਕੌਮ ਆਮ ਕਿਵੇਂ ਵਧੂਗੀ ਜੇ ਸਾਡੇ ਬੱਚੇ ਇਸ ਕੌਮ ਦੇ ਸਿਧਾਂਤ ਤੋਂ ਖਾਲੀ ਹੋ ਗਏ, ਅਤੇ ਅੱਗੇ ਥੋੜ੍ਹਾ ਜਿਹੜੇ ਮਾੜੇ ਮੋਟੇ ਹੈ ਇਹ ਵੀ ਬੰਦੇ ਹੌਲੀ ਹੌਲੀ ਢਿੱਲੇ ਹੋ ਕੇ ਬਹਿ ਜਾਣਗੇ ਅਤੇ ਕੀ ਬਣੂੰਗਾ ਇਸ ਕੌਮ ਦਾ, ਇਹ ਤੁਹਾਨੂੰ ਸੋਚਣ ਦੀ ਅੱਜ ਲੋੜ ਹੈ। ਸੋ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲੈਣਾ, ਮੇਰੇ ਮਗਰ ਬੈਠੇ ਨੇ ਕੀਰਤਨੀ ਹੈ, ਉਹਨੇ ਆਪ ਜੀ ਨਾਲ ਕੀਰਤਨ ਦੀ ਸੇਵਾ ਕਰਨੀ ਹੈ, ਅਸੀਂ ਆਪ ਜੀ ਦੇ ਚਰਨਾਂ 'ਚ, ਹੋ ਸਕਦਾ ਅਸੀਂ ਗਲਤ ਹੋਈਏ, ਸਾਡੇ ਨਾਲ ਤੁਸੀਂ ਸਾਨੂੰ ਕੋਈ ਚੰਗੀ ਰਾਇ ਦੇਣੀ ਹੈ ਤਾਂ ਅਸੀਂ ਜੀ ਆਇਆਂ, ਸਾਡੀ ਗਲਤੀ ਨੋਟ ਕਰਾਓ, ਅਸੀਂ ਉੱਥੇ ਤੁਹਾਡੇ ਕੋਲ ਹੱਥ ਜੋੜ ਕੇ ਮਾਫੀ ਮੰਗਾਂਗੇ, ਆਪਣੀ ਗਲਤ 'ਤੇ ਬਹਿਸ ਨਹੀਂ ਕਰਾਂਗੇ ਵੀ ਮੈਂ ਠੀਕ ਹੈ ਤੁਸੀਂ ਗਲਤ ਹੈ, ਅਸੀਂ ਕਦੇ ਨਹੀਂ ਕਹਾਂਗੇ, ਅਸੀਂ ਕਹਾਂਗੇ ਸਿਧਾਂਤ ਠੀਕ ਹੈ, ਬੰਦਾ ਕੋਈ ਵੀ ਗਲਤ ਕਿਸੇ ਟਾਈਮ ਵੀ ਹੋ ਸਕਦਾ, ਅੱਜ ਮੈਂ ਠੀਕ ਹੈ ਕੱਲ੍ਹ ਨੂੰ ਮੈਂ ਗਲਤ ਹੋ ਸਕਦਾ, ਇਹਦਾ 'ਚ ਕੋਈ ਅਰਥ ਕਥਨੀ ਨਹੀਂ ਹੈ, ਇਹ ਤਾਂ ਰੱਬ ਦੀ ਕਿਰਪਾ। ਉਹ ਕਹਿੰਦੇ ਨੇ ਖਿਨ ਮੈਂ ਰਾਉ ਰੰਗ ਕੋ ਕਰ ਹੀ ਰਾਉ ਰੰਗ ਕਰ ਡਾਲਿਆ, ਉਹ ਜੇ ਚਾਹੇ ਤੇ ਚੜੇ ਨੂੰ ਥੱਲੇ ਡੇਗ ਦੇ ਤੇ ਚਾਹੇ ਤੇ ਡਿਗੇ ਨੂੰ ਉੱਪਰ ਚੱਕ ਕੇ ਬਾਦਸ਼ਾਹ ਬਣਾ ਦੇ, ਇਹ ਉਹਦੀ ਰਜ਼ਾ ਆ, ਉਹਦੀ ਰਜ਼ਾ 'ਚ ਕੋਈ ਬੰਦਾ ਦਖਲਅੰਦਾਜ਼ੀ ਨਹੀਂ ਦੇ ਸਕਦਾ। ਸਿਰਫ ਬੇਨਤੀ ਹੈ ਵੀ ਜੇ ਅੱਜ ਅਸੀਂ ਇਸ ਗੱਲ ਨੂੰ ਸਮਝੀਏ ਵੀ ਬੀ ਪ੍ਰਾਊਡ ਟੂ ਬੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ, ਔਰ ਅਸੀਂ ਇਹ ਗੱਲ ਜਿਹੜੇ ਮਰਜ਼ੀ ਮੁੰਡੇ ਨੂੰ ਪੁੱਛੀਏ ਸਿੱਖਾਂ ਦੇ ਨੂੰ ਵੀ ਦੱਸ ਸਿੱਖ ਦੀ ਪਰਿਭਾਸ਼ਾ ਕੀ ਹੁੰਦੀ, ਬੰਦਾ ਕੜਕ ਕੇ ਬੋਲੇ ਮੁੰਡਾ, ਕੋਈ ਬੰਦਾ ਉਹਨੂੰ ਪੁੱਛੇ ਉਹ ਕਹੇ ਵੀ ਸਿੱਖ ਉਹ ਹੁੰਦਾ ਜਿਹੜਾ ਧੰਨ ਗੁਰੂ ਨਾਨਕ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਮੰਨਦਾ, ਹੋਰ ਕਿਸੇ ਵੀ ਬੰਦੇ ਨੂੰ ਗੁਰੂ ਨਹੀਂ ਮੰਨਦਾ।
ਨੰਬਰ 2 ਸਿੱਖ ਕੌਣ ਹੁੰਦਾ? ਸਿੱਖ ਉਹ ਹੁੰਦਾ ਜਿਹੜਾ ਗੁਰਬਾਣੀ ਨੂੰ ਮੁਕਤੀਦਾਤਾ ਕਰਕੇ ਮੰਨਦਾ ਵੀ ਗੁਰਬਾਣੀ ਪੜ੍ਹ ਕੇ ਸਮਝ ਕੇ ਜ਼ਿੰਦਗੀ 'ਚ ਢਾਲ ਕੇ ਹੀ ਮੁਕਤੀ ਹੋਣੀ ਹੈ, ਬਾਬਾ ਜੀ ਦੇ ਆਸ਼ੀਰਵਾਦ ਨਾਲ ਮੁਕਤੀ ਨਹੀਂ ਹੋਣੀ। ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ। ਜੇ ਖਲਾਸੀ ਹੈ ਤੇ ਬੰਧਨ ਹੈ ਤੇ ਫਿਰ ਉਹ ਮੈਨੂੰ ਦੱਸਣ ਵੀ ਮਰ ਕੇ ਜੀਂਦੇ ਬੰਧਨ 'ਚ ਹੈ ਕਿ ਮਰ ਕੇ ਵੀ ਬੰਧਨ ਹੈ ਕੋਈ। ਇਸ ਕਰਕੇ ਦੂਸਰੀ ਤੀਸਰੀ ਬੇਨਤੀ ਹੈ ਸਿੱਖ ਦੀ ਪਰਿਭਾਸ਼ਾ ਵਿੱਚ, ਜੇ ਤੁਸੀਂ ਗੁਰਬਾਣੀ ਵਿੱਚੋਂ ਸਿੱਖ ਲੈਣਾ, ਮੈਂ ਤੁਹਾਨੂੰ ਸਾਂਝਾ ਕੀਤਾ, ਸੋ ਸਿੱਖ ਸਖਾ ਬੰਧ ਭੈ ਭਾਈ, ਸਤਿਗੁਰ ਕਾ ਜੋ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਗੁਰੂ ਰਾਮਦਾਸ ਸਾਹਿਬ ਦੀ ਪੂਰਾ ਸ਼ਬਦ ਪੜ੍ਹੋ, ਤੁਹਾਨੂੰ ਸਿੱਖ ਦੀ ਪਰਿਭਾਸ਼ਾ ਦਾ ਪਤਾ ਲੱਗੂਗਾ। ਅਗਲੀ ਬੇਨਤੀ ਹੈ, ਤੀਜਾ ਸਟੈਪ ਹੈਗਾ ਸਿੱਖ ਦਾ, ਸਿੱਖ ਉਹ ਹੁੰਦਾ ਜਿਹੜਾ ਗੁਰੂ ਨਾਨਕ ਦਸ਼ਮੇਸ਼ ਦੀ ਖੰਡੇ ਬਾਟੇ ਦੀ ਪੌੜ ਦਾ ਧਾਰਨੀ ਹੁੰਦਾ। ਇਹ ਤਿੰਨ ਗੱਲਾਂ ਸਿੱਖ ਤੇ ਲਾਗੂ ਹੋਈਆਂ ਸਿੱਖ ਦੀ ਪਰਿਭਾਸ਼ਾ ਤੇ, ਫਿਰ ਅਸੀਂ ਅੱਗੇ ਰੋਜ਼ ਗੁਰੂ ਦੇ ਦਰਸ਼ਨ ਕਰਨੇ, ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ, ਦੋ ਬਾਣੀਆਂ ਦਾ ਸ਼ਾਮ ਦਾ ਨਿਤਨੇਮ, ਇੱਕ ਦੂਜੇ ਨੂੰ ਮਿਲਣਾ, ਉਨੀ ਸਲਾਮਾਂ ਲੇਕਮ ਕਹਿਣੀ, ਉਨੀ ਸਲਾਮ ਦੁਆ ਕਰਨੀ, ਉਨੀ ਰਾਮ ਰਾਮ ਨਮਸਤੇ ਕਹਿਣੀ। ਅਸੀਂ ਸਾਰਿਆਂ ਨੂੰ ਹੁਕਮ ਹੈ ਆਗੇ ਆਪਤ ਸਿੰਘ ਜੋ ਆਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਲੈਣਾ ਪੰਜਾਂ ਤੋਂ ਆ, ਰੋਜ਼ ਸੰਗਤ ਨੂੰ ਪ੍ਰਪੱਕ ਕਰਨਾ ਆ, ਰਹਿਤਾਂ ਵਿੱਚ ਰਹਿਣਾ, ਕਰਹਿਤਾਂ ਤੋਂ ਬਚਣਾ, ਕੋਈ ਵੀ ਕੰਮ ਕਰਨਾ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ। ਟੇਕ ਇੱਕ 'ਤੇ ਹੀ ਰੱਖੀ ਜਾ ਸਕਦੀ ਹੈ, ਟੇਕ ਕਦੇ ਵੀ ਪੰਜਾਂ ਸੱਤਾਂ 'ਤੇ ਰੱਖੀ ਨਹੀਂ ਜਾ ਸਕਦੀ। ਉਹ ਟੇਕ ਨਹੀਂ ਹੈ ਜਿਹੜੀ ਕਦੇ ਉੱਥੇ ਹੋਈ ਹੈ, ਕਦੇ ਉੱਥੇ ਹੋਈ ਹੈ, ਕਦੇ ਉੱਥੇ ਹੋਈ ਹੈ, ਉਹ ਟੇਕ ਨਹੀਂ ਹੈ। ਇੱਕ ਮੇਰੇ ਬਜ਼ੁਰਗ ਦੀ ਕਿਸੇ ਦੀ ਸੋਚ ਹੈ, ਉਹ ਕਹਿੰਦੇ ਨੇ ਜੋ ਦਰ ਦਰ ਪੁਰ ਝੁਕ ਜਾਏ, ਜੋ ਦਰ ਦਰ ਪੁਰ ਝੁਕ ਜਾਏ ਵੋ ਸਰ ਨਹੀਂ ਹੋਤਾ, ਜਿਸ ਦਰ ਪਰ ਸਰ ਨਾ ਝੁਕੇ ਵੋ ਦਰ ਨਹੀਂ ਹੋਤਾ। ਭਾਵ ਜਿਹੜੇ ਦਰ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅੰਗਰੇਜ਼ਾਂ ਦਾ ਸਿਰ ਝੁਕਣ ਡਿਆ, ਮੁਸਲਮਾਨਾਂ ਦਾ ਸਿਰ ਝੁਕਣ ਡਿਆ, ਹਿੰਦੂਆਂ ਦਾ ਸਿਰ ਝੁਕਣ ਡਿਆ, ਇਹ ਦਰ ਹੈ। ਇਸ ਕਰਕੇ ਸਾਡੇ ਸਮਾਗਮ ਨਾਏ ਤਦੀ ਸਫਲੇ ਨੇ, ਅਸੀਂ ਛੱਡੀਏ ਨਸ਼ੇ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਚਾਹੇ ਮੇਰੇ ਹਿੰਦੂ ਭਰਾ ਨੇ, ਚਾਹੇ ਈਸਾਈ ਭਰਾ ਨੇ, ਚਾਹੇ ਮੁਸਲਮਾਨ ਨੇ, ਚਾਹੇ ਸਿੱਖ ਵੀਰ ਨੇ, ਜਿਹੜਾ ਵੀ ਬੰਦਾ ਅਜੋਕੇ ਸਮੇਂ ਵਿੱਚ ਨਸ਼ਾ ਲਊਗਾ ਉਹਦੇ ਘਰ ਦੀ ਆਰਥਿਕਤਾ ਕਦੇ ਚੰਗੀ ਨਹੀਂ ਹੋਊਗੀ, ਅੱਗੇ ਤੋਂ ਅੱਗੇ ਗਰੀਬੀ ਵਧਣੀ ਹੈ, ਬੇਰੁਜ਼ਗਾਰੀ ਵਧਣੀ ਹੈ, ਬਿਮਾਰੀਆਂ ਦਿਨ ਪ੍ਰਤੀ ਦਿਨ ਹੋਰ ਜ਼ਿਆਦਾ ਤੇਜ਼ ਹੋਣੀਆਂ ਨੇ, ਬੇਇਤਫਾਕੀ ਅੱਗੇ ਤੁਹਾਡੇ 'ਚ ਹੋਈ ਪਈ ਹੈ, ਝੂਠ ਦਾ ਬੋਲਬਾਲਾ ਹੋਰ ਜ਼ਿਆਦਾ ਵਧਣ ਡਿਆ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਪਾਤਸ਼ਾਹ ਰਹਿਮਤ ਕਰਨ, ਜੇ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ, ਆਪਣੇ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਢਾਲ ਲਓ, ਸਮਾਂ ਹੁੰਦਾ ਇਹਨੂੰ ਅੱਗੇ ਵਧਾਓ, ਇਸ ਗੱਲ ਨੂੰ ਚੁੱਕੋ, ਰੋਜ਼ ਗੁਰਦੁਆਰੇ ਇਕੱਠੇ ਹੋ, ਗੁਰਦੁਆਰੇ ਦੇ ਨਾਲ ਲੰਗਰ ਹਾਲ ਬਣਾਓ, ਪੰਜਾਂ ਪਿਆਰਿਆਂ ਤੋਂ ਪੌੜ ਛੱਕ ਕੇ ਰੋਜ਼ ਸੰਗਤ ਕਰੋ। ਦਾਸ ਕਈ ਵਾਰ ਬੇਨਤੀ ਕਰਦਾ ਵੀ ਫੌਜ ਵਿੱਚੋਂ ਛੁੱਟੀ ਹੋ ਸਕਦੀ ਹੈ, ਸਕੂਲ ਦੀਆਂ 40 ਛੁੱਟੀਆਂ ਹੋ ਸਕਦੀਆਂ, ਐਤਵਾਰ ਨੂੰ ਦੁਕਾਨਾਂ ਛੁੱਟੀ ਕਰ ਸਕਦੇ ਹਾਂ, ਕਚਹਿਰੀ ਬੰਦ ਹੋ ਸਕਦੀ ਹੈ, ਪਰ ਗੁਰਦੁਆਰੇ ਤੋਂ ਕਦੇ ਵੀ ਛੁੱਟੀ ਨਹੀਂ ਹੋ ਸਕਦੀ। ਬਿਮਾਰੀ ਤੋਂ ਬਿਨਾਂ ਗੁਰਦੁਆਰੇ ਤੋਂ ਛੁੱਟੀ ਨਹੀਂ ਹੋ ਸਕਦੀ। ਐਤਵਾਰੀ ਸਮਾਂ ਗੁਰਦੁਆਰਾ ਜ਼ਿਆਦਾ ਸਿਟਿੰਗ ਕਰਨੀ ਸੀ, ਉਦਣ ਅਸੀਂ ਵਿਹਲੇ ਸੀ, ਰੋਜ਼ ਗੁਰਦੁਆਰੇ ਜਾਣਾ, ਗੁਰੂ ਦੇ ਦਰਸ਼ਨ ਕਰਨੇ, ਗੁਰਮੰਤਰ ਦਾ ਜਾਪ ਕਰਨਾ, ਨਾਲ ਨਾਲ ਗੁਰਸਿੱਖਾਂ ਦੀ ਸੰਗਤ ਕਰਨੀ। ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ,
ਮੇਰਾ ਮੂਨ ਮੇਰਾ ਮੁਖ ਸਾਕਤ ਸੰਗ ਨਾ ਜੁੜਸੀ ਰਹੇ। ਗੁਰੂ ਪਾਤਸ਼ਾਹ ਕਹਿੰਦੇ ਮੇਰਾ ਇਹ ਮੂੰਹ ਜਿਹੜਾ ਕਿਸੇ ਸਾਕਤ ਬੰਦੇ ਦੇ ਨਾਲ ਨਾ ਜੁੜ। ਮੈਂ ਹੁਣ ਆਉਣਾ ਵੀ ਇੱਥੇ ਕਿਹੜਾ ਗੁਰਸਿੱਖ ਹੈ ਜਿਹਦੇ ਨਾਲ ਤੇਰਾ ਮੂੰਹ ਜੋੜਨਾ? ਇੱਥੇ ਤਾਂ ਹਨੇ ਹਨੇ ਗੱਪ ਖਰਾਬ ਹੋਇਆ ਪਿਆ। ਤਿੰਨਾ ਪਾਸ ਦੁਆਸ ਨਾ ਪਿੱਟੀ ਹੈ, ਜਿਹਨਾਂ ਅੰਤਰ ਕ੍ਰੋਧ ਚੰਡਾਲ, ਜਿਹਨਾਂ ਦੇ ਅੰਦਰ ਕ੍ਰੋਧ ਚੰਡਾਲ ਵੱਸਦਾ, ਉਹਨਾਂ ਦੇ ਲਾਗੇ ਨਾ ਭਿੱਟ ਲੱਗਦੀ, ਉਹਨਾਂ ਦੀ ਭਿੱਟ ਲੱਗਦੀ ਹੈ। ਬਾਣੀ ਨਾ ਤਾਂ ਕਿਤੇ ਖੋਲੇ ਪਏ ਨੇ ਪਰਚੇ, ਤੁਸੀਂ ਮੱਥਾ ਟੇਕ ਕੇ ਸੁਰਗੁਰੂ ਹੋ ਗਏ ਹੈ ਵੀ 10 ਰੁਪਈਏ ਰੱਖ ਦਿਉ ਬਾਬੇ ਨੂੰ, ਫਿਰ ਠੇਕੇ 'ਤੇ ਵੀ ਜਾਓ ਅਤੇ ਕਬਰ 'ਤੇ ਵੀ ਤੇਲ ਪਾਣ ਤੁਰ ਜਾਓ, ਕਿਸੇ ਬਾਬੇ ਦੇ ਡੇਰੇ 'ਤੇ ਜਾ ਕੇ ਹੋਰ ਕੁਛ ਖੀਰ ਖਾਇਓ। 5 ਕਰੋੜ ਦੀ ਖੀਰ ਇੱਕ ਦਿਨ 'ਚ ਵੇਚ ਗਿਆ, ਕੋਈ ਹੋਰ ਬੈਠਾ ਉਹ ਤੁਹਾਨੂੰ ਪੁੜੀਆਂ ਬੰਨ੍ਹ ਕੇ ਦੇਣ ਡਿਆ, ਤੁਸੀਂ ਠੀਕ ਹੋ ਜਾਓਗੇ। ਉਹ ਜਿੰਨੇ ਚਿਰ ਤੁਹਾਨੂੰ ਖਾਣ ਦੀ ਅਕਲ ਨਹੀਂ ਲੋਕੋ ਰਹੂਗੀ, ਤੁਹਾਨੂੰ ਤੁਹਾਡੇ ਦਿਮਾਗ 'ਤੇ ਟੈਨਸ਼ਨ ਨਹੀਂ ਘਟੂਗੀ, ਜਿੰਨਾ ਚਿਰ ਤੁਹਾਨੂੰ ਪੀਣ ਦੀ ਸੋਝੀ ਨਹੀਂ ਰਹੂਗੀ। ਮੈਂ ਬੇਨਤੀ ਉਹ ਕਰਦਾ ਜਾ ਰਿਹਾ ਸੀ ਕਿ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਈਸਾਈ ਹੈ ਸਿੱਖ ਹੈ, ਜਿਹੜਾ ਵੀ ਬੰਦਾ ਨਸ਼ਾ ਪੀਊਗਾ, ਨਾ ਤਾਂ ਉਹਦੀ ਆਰਥਿਕਤਾ ਚੰਗੀ ਰਹੂਗੀ, ਨਾ ਉਹਦੀ ਇੱਜ਼ਤ ਹੋਊਗੀ ਸਮਾਜ ਵਿੱਚ, ਨਾ ਉਹਦੀ ਸਿਹਤ ਬਰਕਰਾਰ ਹੋਊਗੀ। ਉਹ ਲੋਕੋ ਜੇ ਸਿਹਤ ਹੈ ਤੇ ਬਾਣੀ ਪੜ੍ਹੀ ਜਾਊਗੀ, ਸਿਹਤ ਹੈ ਤੇ ਡਿਊਟੀ ਦਿੱਤੀ ਜਾਊਗੀ, ਸਿਹਤ ਹੈ ਤੇ ਬੱਚੇ ਜੰਮੇ ਜਾਣਗੇ, ਸਿਹਤ ਹੈ ਤੇ ਦੇਸ਼ ਦੀ ਰਾਖੀ ਕੀਤੀ ਜਾਊਗੀ, ਸਿਹਤ ਹੈ ਤੇ ਨਾਮ ਜਪਿਆ ਜਾਊਗਾ, ਸਿਹਤ ਹੈ ਤੇ ਸਮਾਜ ਦੇ ਕਾਰਜ ਕੀਤੇ ਜਾਣਗੇ, ਤੇ ਜੇ ਸਿਹਤ ਨਹੀਂ ਤੇ ਕੁਛ ਵੀ ਨਹੀਂ ਕੀਤਾ ਜਾਊਗਾ। ਤਦ ਗੁਰੂ ਪਾਤਸ਼ਾਹ ਕਹਿੰਦੇ ਸੀ ਵੀ ਜਿਹੜੇ ਏਦਾਂ ਦੇ ਗਲਤ ਖਾਣੇ ਖਾਣੇ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀਏ, ਤਨ ਪੀੜੀਏ ਮਤਲਬ ਤਨ ਦਾ ਰੋਗੀ ਹੋ ਜਾਣਾ, ਤੇ ਮਨ ਮੈਂ ਚੱਲ ਤਨ ਪੀੜੀਏ ਮਨ ਮੈਂ ਚੱਲੇ। ਆ ਜਿਹੜੀ ਜਿੰਨੀਆਂ ਭਾਰੀਆਂ ਖੁਰਾਕਾਂ ਨੇ ਮਾਸ ਹੈ, ਆ ਜਿਹੜੀ ਹੈਵੀ ਡਾਇਟ ਹੈ, ਜਿੰਨੀ ਵੀ ਸਤੋ ਗੁਣੀ ਤੇ ਰਜੋ ਗੁਣੀ ਤੇ ਤਮੋ ਗੁਣੀ, 3 ਕਿਸਮ ਦੀ ਖੁਰਾਕ ਹੈ, ਇਹ ਜਿੰਨੀ ਖੁਰਾਕ ਜ਼ਿਆਦਾ ਪ੍ਰੋਸੈਸਡ ਹੋ ਰਹੀ ਹੈ ਇਹ ਸਾਰੀ ਤਮੋ ਗੁਣੀ ਹੈ। ਤੇਜ਼ ਮਸਾਲੇ ਪਾਣੇ, ਤੇਜ਼ ਮਿਰਚਾਂ ਪਾਣੀਆਂ। ਇੱਥੇ ਨਥਨਪੁਰ ਦੇ ਇੱਕ ਬਜ਼ੁਰਗ ਹੋਏ ਨੇ ਬਾਬਾ ਜੀਤ ਸਿੰਘ ਜੀ, ਉਹਨਾਂ ਦੇ ਬੰਦੇ ਉਹ ਨਾ ਲਸਣ ਖਾਣਾ, ਨਾ ਗੰਢਾ ਲੈਣਾ, ਨਾ ਹਰੀ ਲਾਲ ਮਿਰਚ ਵਰਤਣੀ ਨਹੀਂ, ਉੱਦੀ ਖਾ ਲੈਣੇ, ਅੱਜ ਘਾਹ ਮੰਗੋ ਜੇ ਰੋਟੀ ਖਾ ਲੈਣੀ ਮਾੜੀ ਮੋਟੀ, ਤੰਦਰੁਸਤੀ ਦਾ ਫੈਕਟਰ ਹੁੰਦੇ ਨੇ। ਇਸ ਕਰਕੇ ਸਾਨੂੰ ਜਾਗਣ ਦੀ ਲੋੜ ਹੈ। ਕੋਈ ਤੁਸੀਂ ਤੰਦਰੁਸਤੀ ਨਹੀਂ ਮਾਣ ਸਕਦੇ, ਜਨਾਨੀਆਂ ਦੇ ਕੰਮ ਬੰਦ ਹੋ ਗਏ ਨੇ, ਫਿਜ਼ੀਕਲ ਐਕਸਰਸਾਈਜ਼ ਬੰਦਿਆਂ ਦੀ ਘੱਟ ਗਈ ਹੈ, ਕੋਈ ਬੰਦਾ ਜ਼ਿਆਦਾ ਕੰਮ ਨਹੀਂ ਕਰਨਾ ਚਾਹੁੰਦਾ, ਲੰਮੇ ਲੰਮੇ ਸਾਹ ਨਹੀਂ ਲੈਣਾ ਚਾਹੁੰਦਾ, ਕੋਈ ਰੋਜ਼ ਸਰੀਰ ਦੀ ਫਟੀਕ ਨਹੀਂ ਕਰਨਾ ਚਾਹੁੰਦਾ। ਖਾਣ ਨੂੰ ਇਹਨਾਂ ਨੂੰ ਜੋ ਮਰਜ਼ੀ ਦੇ ਦਿਉ, ਉਹ ਚਰੀ ਜਾਣਗੇ ਜਿੰਨਾ ਚਿਰ ਇਹਨਾਂ ਦੇ ਕੁੱਖਾਂ ਐਂ ਚੰਗੇ ਤਾਂ ਬਾਹਰ ਨਾ ਨਿਕਲਣ, ਉਨਾ ਚਿਰ ਖਾਣੋਂ ਨਹੀਂ ਹਟਣਗੇ। ਤੇ ਗੁਰੂ ਪਾਤਸ਼ਾਹ ਕਹਿੰਦੇ ਸਨ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵਾ, ਵਰਤ ਨਹੀਂ ਰੱਖਣਾ, ਰੋਜ਼ ਘੱਟ ਖਾਣਾ। ਅਲਪ ਆਹਾਰ ਸੁਲਪਸੀ ਨਿੰਦਰਾ ਦਿਆ ਸ਼ਮਾ ਤਨ ਪ੍ਰੀਤ, ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤੱਤ ਵਿਚਾਰੋ। ਨੀਂਦ ਜਿਹੜੀ ਖੰਡਿਤ ਲੈਣੀ ਹੈ, ਪਾਪ ਬਹੁਤਾ ਅਚੇਤ ਹੋ ਕੇ ਨਹੀਂ ਸੌਣਾ, ਥੋੜ੍ਹੇ ਜਾਗਰੂਕ ਹੋ ਕੇ ਸੌਣਾ ਆ, ਅਤੇ ਖੰਡਿਤ ਨਿੰਦਰਾ ਇਹ ਹੁੰਦੀ ਹੈ ਵੀ ਥੋੜ੍ਹੀ ਜਿਹੀ ਵੀ ਖਿੜਕਾ ਹੋਇਆ ਉਦੋਂ ਤੁਸੀਂ ਜਾਗ ਪਏ, ਇਹਨੂੰ ਕਹਿੰਦੇ ਖੰਡਿਤ ਨਿੰਦਰਾ। ਅਲਪ ਆਹਾਰੰ, ਅਲਪ ਆਹਾਰੰ ਹੁੰਦਾ ਥੋੜ੍ਹਾ ਜਿਹਾ ਖਾਣਾ ਲੈਣਾ, ਜੇ ਤੁਸੀਂ ਬਕਾਰੀ ਨਾ ਹੋ ਤੁਸੀਂ ਥੋੜ੍ਹੇ ਜਿਹੇ ਖਾਣੇ ਨਾਲ ਬਹੁਤ ਵਧੀਆ ਜੀਵਨ ਥੋੜ੍ਹੀ ਜਿਹੀ ਮੈਨਟੇਨ ਕਰ ਸਕਦੇ। ਅਲਪ ਹਾਰੰਗ ਤੱਤ ਵਿਚਾਰ, ਅਖੰਡਿਤ ਨਿੰਦਰਾ ਅਲਪ ਹਾਰੰਗ ਨਾਨਕ ਤੱਤ ਵਿਚਾਰ। ਤੱਤ ਵਿਚਾਰ ਕੀ ਹੈ ਕਿ ਸਰੀਰ ਹੋ ਰਿਹਾ ਤੇ ਮੈਂ ਹੋ ਰਿਹਾ, ਸਰੀਰ ਹੋ ਰਿਹਾ ਤੇ ਮੈਂ ਵਿੱਚ ਹੋ ਰਿਹਾ, ਮਨ ਤੂੰ ਜੋਤ ਸਰੂਪ ਹੈ, ਇਹ ਮਨ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਇਹ ਗੱਲ ਦਾ ਅਨੈਲਿਸਿਸ ਕਰਨਾ, ਇਹ ਤੱਤ ਵਿਚਾਰ ਹੈ, ਇਹ ਸੰਸਾਰ ਮਿੱਥਿਆ ਹੈ, ਸੁਪਨੇ ਜੋ ਸੰਸਾਰ ਰਾਮ ਗਇਓ
ਰਾਵਣ ਗਇਓ ਜਾਕੋ ਬਹੁ ਪਰਿਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਇਹਦੇ ਚ ਪਰਮਾਤਮਾ ਦੀ ਜੋਤ ਕਰਕੇ ਸੱਚ ਹੈ, ਬਾਕੀ ਸਾਰਾ ਪਸਾਰਾ ਪਰਮਾਤਮਾ ਦਾ ਖਿਲਾਰਿਆ ਹੋਇਆ। ਇਸ ਕਰਕੇ ਤੱਤ ਦੀ ਵਿਚਾਰ ਕਰਨੀ। ਹੁਣ ਰਹੀ ਗੱਲ ਬੇਨਤੀ, ਜੋ ਮੈਂ ਆਖਰੀ ਟੋਪਿਕ ਆਪ ਜੀ ਦੇ ਨਾਲ ਕਹੀ, ਮੈਂ ਐਸਾ ਤਾਂ ਕੋਈ ਗੱਲ ਹੀ ਨਹੀਂ ਜਿਹੜਾ ਕੋਈ ਪਿੰਡ ਨਾ ਹੋਏ ਜਿੱਥੇ ਕੁੱਤਾ ਜਾ ਕੇ ਭੌਂਕਿਆ ਨਾ ਹੋਏ। ਇੱਕ ਵਾਰ ਨਹੀਂ, ਤਿੰਨ ਤਿੰਨ ਚਾਰ ਜਫਰਵਾਲ 'ਚ ਪਤਾ ਨਹੀਂ ਮੈਨੂੰ 10 ਵਾਰ ਇੱਥੇ ਆ ਕੇ ਭੌਂਕਣਾ ਪਿਆ ਜਾਂ 15 ਵਾਰ ਵੀ ਭੌਂਕ ਗਿਆ ਹੋਊਗਾ। ਪਰ ਮੈਨੂੰ ਦੁੱਖ ਕਈ ਵਾਰ ਇਹ ਲੱਗ ਜਾਂਦਾ ਵੀ ਇਹ ਲੋਕ ਤਾਂ ਬਾਬੇ ਨਾਨਕ ਦੀ ਪਰਵਾਹ ਨਹੀਂ ਕੀਤੀ, ਇਹਨੇ ਤਾਂ ਗੁਰੂ ਗੋਬਿੰਦ ਸਿੰਘ ਦੀ ਪਰਵਾਹ ਨਹੀਂ ਕੀਤੀ, ਤੇਰੇ ਵਰਗੇ ਕੁੱਤੇ 100 ਭੌਂਕਦੇ ਨੇ ਇੱਥੇ, ਇਹਨਾਂ ਨੂੰ ਕੀ ਪਰਵਾਹ ਪਈ? ਇਹਨਾਂ ਤੋਂ ਅਸੀਂ ਬਾਈਕਾਟ ਨਹੀਂ ਕੀਤਾ, ਇਹਨਾਂ ਨੂੰ ਅਸੀਂ ਕੁੜੀਆਂ ਦੇ ਦਿੱਤੀਆਂ, ਇਹਨਾਂ ਅਸੀਂ ਆਪਣੇ ਘਰ ਸੱਦਣ ਤੋਂ ਬੰਦ ਨਹੀਂ ਕੀਤਾ ਕਿ ਤੂੰ ਇੱਥੇ ਨਹੀਂ ਆ ਸਕਦਾ ਜਿੰਨਾ ਚਿਰ ਤੂੰ ਆਪਣੇ ਗੁਰੂ ਦੀ ਸਿੱਖੀ ਨਹੀਂ ਧਾਰਨ ਕਰਦਾ। ਮੇਰੇ ਪਾਤਸ਼ਾਹ ਸਾਨੂੰ ਮੇਲ ਮਿਲਾਪ ਬੰਦ ਕੀਤਾ ਹੋਇਆ, ਅਸੀਂ ਕੀਤੇ ਕੱਖ ਨਹੀਂ, ਤਾਂ ਅੱਜ ਅਸੀਂ ਦੁਖੀ ਹੋਏ। ਕੁੜੀਆਂ ਛੱਡੀਆਂ ਜਾਣ ਡੀਆਂ ਨੇ, ਬੰਦੇ ਸ਼ਰਾਬ ਪੀ ਜਾਂਦੇ ਨੇ, ਮੁੰਡੇ ਸਮੈਕ ਲਈ ਜਾਂਦੇ ਨੇ, ਰੁਜ਼ਗਾਰ ਹੈ ਨਹੀਂ ਗਾ, ਡਿਵੋਰਸ ਦੇ ਕੇਸ 60 ਲੱਗੇ ਨੇ, 100 ਕੁੜੀ ਵਿਆਹ ਨੇ ਅਤੇ 60 ਦੇ ਕੇਸ ਲੱਗੇ ਆ ਛੱਡ ਛਡਾਈ ਦੇ। ਸਭ ਤੋਂ ਜ਼ਿਆਦਾ ਭਾਰਤ ਵਿੱਚ ਜਿਹੜੇ ਕੇਸ ਲੱਗੇ ਨੇ ਉਹ ਸਿੱਖਾਂ ਦੇ ਲੱਗੇ ਨੇ, ਸਭ ਤੋਂ ਜ਼ਿਆਦਾ ਜੇ ਨਸ਼ਾ ਵਿਕਿਆ ਅਤੇ ਇਸ ਪੰਜਾਬ ਵਿੱਚ ਵਿਕਿਆ, ਸਭ ਤੋਂ ਜ਼ਿਆਦਾ ਜੇ ਗੁਰੂਆਂ ਦੇ ਡੇਰੇ ਬਣੇ ਆ ਥੋੜ੍ਹੇ ਥੋੜ੍ਹੇ ਵਿੱਥ 'ਤੇ ਉਹ ਇਸ ਪੰਜਾਬ 'ਚ ਬਣੇ ਆ, ਜਿੱਥੇ ਹਰ ਪਿੰਡ ਵਿੱਚ ਦੋ ਦੋ ਚਾਰ ਚਾਰ ਗੁਰਦੁਆਰੇ ਖੜ੍ਹੇ ਨੇ, ਉਹ ਗੁਰਦੁਆਰੇ ਸਾਰੇ ਸਾਰੇ ਖਾਲੀ ਹੈ। ਨਾ ਉੱਥੇ ਕੋਈ ਚੰਗਾ ਗ੍ਰੰਥੀ ਸਿੰਘ ਰੱਖਣ ਦਾ ਯਤਨ ਕੀਤਾ ਹੋਇਆ, ਨਾ ਉੱਥੇ ਕੋਈ ਕਲਾਸ ਲਾ ਕੇ ਬੱਚਿਆਂ ਨੂੰ ਸੰਥਿਆ ਦੇਣ ਦਾ ਯਤਨ ਕੀਤਾ ਹੋਇਆ, ਨਾ ਇਹਨਾਂ ਨੂੰ ਬੱਚਿਆਂ ਨੂੰ ਕੋਈ ਐਤਵਾਰੀ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਸਿੱਖ ਧਰਮ ਬਾਰੇ ਮੁੱਢਲੀਆਂ ਰਹਿਤ ਮਰਿਆਦਾ ਦੀ ਜਾਣਕਾਰੀ ਦੇਣੀ, ਸਿੱਖ ਦੀ ਪਰਿਭਾਸ਼ਾ ਦੱਸਣੀ, ਇਹ ਗੱਲਾਂ ਘੱਟ ਹੈ ਅਤੇ ਇੱਦਾਂ ਹੈ ਵੀ ਸਾਢੇ 500 ਸਾਲ ਮਨਾ ਲਓ, ਕਰੋੜਾਂ ਰੁਪਈਏ ਫੂਕ ਦਿਓ ਕੌਮ ਦੇ ਅਤੇ ਮੁੜ ਕੇ ਸ਼ਰਾਬ ਵੀ ਪੀ ਲਓ, ਡੀਜਾ ਵੀ ਲਾ ਲਓ ਅਤੇ ਸਭ ਕੁਛ ਕਰ ਲਓ, ਲੋਕਾਂ ਨੂੰ ਮੀਡੀਆ 'ਚ ਦੇ ਦਿਓ ਵੀ ਅਸੀਂ ਬਹੁਤ ਵੱਡਾ ਸਮਾਗਮ ਕਰ ਦਿੱਤਾ ਅਤੇ ਬੜੇ ਵੱਡੇ ਗੁਰੂ ਨਾਨਕ ਦੀ ਜੈ ਜੈਕਾਰ ਹੋ ਗਈ ਹੈ, ਅਤੇ ਸਾਰੇ ਬੰਦੇ ਝੂਠ ਬੋਲੀ ਜਾਂਦੇ ਨੇ, ਨਸ਼ੇ ਲਈ ਜਾਂਦੇ ਨੇ ਅਤੇ ਨਾਲ ਦੂਜੇ ਦਾ ਹੱਕ ਖਾਈ ਜਾਂਦੇ ਨੇ, ਜਿਹੜੀਆਂ ਗੱਲਾਂ ਤੋਂ ਬਾਬਾ ਮਨਾ ਕਰਦਾ ਉਹ ਕਰੀ ਜਾਂਦੇ ਹੈ। ਅਤੇ ਇਹਦੇ 'ਚ ਇੱਕ ਛੋਟੀ ਜਿਹੀ ਸਾਖੀ ਹੈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਨਾ ਵਾਂ। ਕੋਈ ਇੱਕ ਤੋਤਾ ਫਸ ਗਿਆ ਸਾਖੀ, ਹੁਣ ਮੈਨੂੰ ਦੋ ਤਿੰਨ ਹੋਰ ਆਉਣ ਡੀਆਂ ਵੀ ਇਹ ਕਿੱਦਾਂ ਫਾੜੇ ਗਏ, ਉਹ ਵੀ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਇਹ ਕੰਮ ਕਿਵੇਂ ਗਲਤ ਹੋਇਆ, ਇਹ ਪਹਿਲਾਂ ਸਾਡੇ ਨਾ ਬੰਦੇ ਹੁੰਦੇ ਸੀ ਉਹ ਸ਼ਿਕਾਰੀ, ਉਹਨੇ ਬਟੇਰੇ ਪਾਲ ਲੈਣੇ, ਬਟੇਰੇ ਪਾਲ ਕੇ ਉਹਨੇ ਕਿਸੇ ਨਾ ਮੈਰੇ 'ਚ ਜਾ ਕੇ ਛੱਡ ਦੇਣੇ, ਕਣਕ ਵਾਲੇ ਦਿਨਾਂ 'ਚ ਬਟੇਰੇ ਦੂਜੇ ਆ ਜਾ ਫਸਲੀ ਬਟੇਰੇ ਹੁੰਦੇ, ਉਹਨੇ ਆਪਣੇ ਬਟੇਰੇ ਛੱਡ ਦੇਣੇ, ਜਿੱਦਾਂ ਜੱਫਰਵਾਲ ਦੇ ਵਾਲਿਆਂ ਨਾ ਪੌਂ ਦੇ ਪਾਸੇ ਜਿਹੜਾ ਹੈਗਾ ਪਿੰਡ ਮੱਲੀਆਂ ਵਾਲੇ ਪਾਸੇ, ਉਹਦੀ ਜਿਹੜੀ ਕਣਕਾਂ ਦੇ ਜੂਹ 'ਚ ਆਪਣੇ ਬਟੇਰੇ ਉਹਨੇ ਪਾਲਿਆ ਉੱਥੇ ਛੱਡ ਦੇਣੇ, ਤਿੱਦਾਂ ਵਾਲੇ ਜਾਲ ਲਾ ਜਾਣਾ, ਥੋੜ੍ਹਾ ਚੋਗਾ ਪਾ ਦੇਣਾ, ਉਹਨੇ ਜਦੋਂ ਬੋਲੀ ਬੋਲਣੀ ਤਾਂ ਉੱਥੋਂ ਦੇ ਬਟੇਰੇ ਆ ਜਾਣੇ ਕਣਕਾਂ ਵਾਲੇ, ਆ ਕੇ ਉਹਨੇ ਉਹਨਾਂ ਕੋਲ ਚਲੇ ਜਾਣਾ ਵੀ ਸਾਡੇ ਭਰਾ ਬੋਲਦੇ ਨੇ ਇਹਨਾਂ ਕੋਲ ਚਲੇ ਚੱਲਦੇ ਹਾਂ, ਇਹਨਾਂ ਦੀ ਪੁੱਛੀਏ ਵੀ ਕੀ ਗੱਲ ਹੈ ਤੁਸੀਂ ਕਿੱਥੋਂ ਆਏ ਹਾਂ ਕਿੱਦਾਂ ਆਏ ਹਾਂ, ਉਹਨਾਂ ਦੀ ਸੁੱਖ ਸਾਰ ਲਈਏ। ਜਦੋਂ ਉਹਨੇ ਇਕੱਠੇ ਹੋ ਜਾਣਾ 5-7 ਉਹਨੇ ਆਪਣਾ ਜਾਲ ਬੰਨਣਾ, ਬੰਨ ਕੇ ਸਾਰੇ ਬਟੇਰੇ ਪਸਾ ਲੈਣੇ, ਪਸਾ ਕੇ ਘਰੇ ਲਿਆ ਕੇ ਜਿਹੜੇ ਆਪਣੇ ਨੇ ਉਹ ਕੱਢ ਕੇ ਰੱਖ ਲੈਣੇ, ਜਿਹੜੇ ਜਾਲ 'ਚ ਫਸੇ ਨੇ ਉੱਥੋਂ ਦੇ ਕਣਕ ਵਾਲੇ ਉਹ ਸਾਰੇ ਮਰੋੜ ਲੈਣੇ, 5-4 ਦਿਨ ਖਾਂਦੇ ਰਹਿਣਾ, ਫਿਰ ਆਪਣਾ ਚੁੱਕਣੇ ਬਟੇਰੇ, ਫਿਰ ਉਹ ਪਾ ਐਂ ਦੇ ਪਾਸੇ ਜਿਹੜਾ ਇੱਧਰ ਪਿੰਡ ਹੈ ਕੋਈ ਲਾ ਲਓ, ਕੋਈ ਵੀ ਲਾ ਲਓ, ਇੱਥੇ ਗਿਆ ਖੁੰਡੇ ਨੂੰ ਚਲੇ ਜਾਓ, ਖੁੰਡੀ ਨੂੰ ਚਲੇ ਜਾਓ, ਕਿੱਧਰ ਨੂੰ ਤੁਰ ਜਾਓ, ਉੱਥੇ ਜਾ ਕੇ ਕਣਕ 'ਚ ਫਿਰ ਛੁੱਟ ਦਿੱਤੇ, ਉੱਥੋਂ ਫਿਰ ਬਟੇਰੇ ਇਕੱਠੇ ਹੋ ਗਏ, ਉਹ ਲਿਆ ਕੇ ਮਰੋੜ ਲਏ, ਉਹ ਖਾ। ਹੁਣ ਮੇਰੀ ਬੇਨਤੀ ਹੈ ਵੀ ਬੰਦੇ ਦੀ ਸ਼ਕਲ ਸਿੱਖਾਂ ਵਾਲੀ, ਪੱਗ ਸਿੱਖਾਂ ਵਾਲੀ ਹੈ, ਨਾਂ ਸਿੱਖਾਂ ਵਾਲਾ, ਆਨੰਦ ਕਾਰਜ ਸਿੱਖਾਂ ਵਾਲਾ, ਅਤੇ ਬੋਲੀ ਉਹ ਬਟੇਰਿਆਂ ਵਾਂਗੂ ਤੁਹਾਡੀ ਹੈ।
ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਲਈ ਹੈ ਤੇ ਤੁਹਾਨੂੰ ਉਹਦੇ ਮਗਰ ਲਾ ਕੇ ਖਿੱਚ ਕੇ ਲੈ ਗਿਆ ਤੇ ਤੁਸੀਂ ਉਹਦੇ ਬਟੇਰੇ ਬਣ ਗਏ, ਉਹਨਾਂ ਤੁਹਾਨੂੰ ਮਰੋੜ ਲਿਆ, ਤੁਹਾਡੀ ਪੈਸਾ ਥੱਲਾ ਸਾਰਾ ਲੁੱਟ ਲਿਆ ਤੇ ਤੁਸੀਂ ਉੱਦਾਂ ਦੇ ਉਹਦੇ ਡੁੰਡੂ ਡੁੰਡੂ ਬਣ ਕੇ ਬੈਠੇ। ਇੱਕ ਦੂਸਰੀ ਮੈਂ ਬੇਨਤੀ ਕਰਾਂ ਕਿ ਜੇ ਤੁਸੀਂ ਜਾਗ ਪਾਓ, ਇੱਕ ਗੁੱਜਰ ਤੇ ਦੋ ਗੁੱਜਰਾਂ ਦੇ ਡੇਰੇ ਨੇ, ਉਹ ਵੀ ਇਹਦੇ ਨਾਲ ਜਲਦੀ ਗੱਲ ਹੈ ਤੇ ਇੱਕ ਗੁੱਜਰ ਜਾਗਦਾ ਇੱਕ ਗੁੱਜਰ ਸੋਤਾ ਰਹਿੰਦਾ ਤੇ ਆਮ ਸਾਡੀ ਕਹਾਵਤ ਸੀ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ, ਗੱਲ ਕੁਛ ਨਹੀਂ ਸੀ, ਗੱਲ ਦੋਏ ਗੁੱਜਰ ਲਾਗੇ ਲਾਗੇ ਡੇਰੇ ਲਾਏ ਨੇ ਤੇ ਡੇਰੇ ਲਾਏ ਨੇ ਤੇ ਜਿਹੜਾ ਸਾਰੀ ਰਾਤ ਜਾਗਦਾ ਸੀ ਸੂਆ ਇਕੱਠਾ ਪੈ ਗਿਆ ਮੱਝਾਂ ਦਾ, ਜਦੋਂ ਦੇਖਿਆ ਵੀ ਇਹਦੀ ਦੂਜੇ ਗੁੱਜਰ ਦੀ ਮੱਝ ਸੂਈ ਹੈ ਤੇ ਉਹਨੇ ਕੱਟੀ ਦਿੱਤੀ ਹੈ ਆਪਣੀ ਦੀ, ਉਹਦੀ ਮੱਝ ਨਾਲ ਕੱਟਾ ਦਿੱਤਾ, ਉਹ ਚੁੱਕਿਆ ਕੱਟਾ ਉਹਦੀ ਮੱਝ ਅੱਗੇ ਪਾ ਜਾਂਦਾ ਤੇ ਉਹਦੀ ਕੱਟੀ ਲਿਆਂਦੀ, ਕੱਟੀ ਲਿਆ ਕੇ ਆਪਣੀ ਮੱਝ ਦੇ ਅੱਗੇ ਪਾਤੀ, ਦੋ ਚਾਰ ਮੱਝਾਂ ਸੂਈਆਂ ਜੀ, ਅਜੇ ਆਪਣੀ ਕੱਟੀ ਦੇ ਦਿੱਤੀ ਤਾਂ ਠੀਕ ਹੈ, ਜੇ ਆਪਣਾ ਕੱਟਾ ਦਿੱਤਾ ਤੇ ਉੱਧਰ ਛੱਡਿਆ ਤਾਂ ਉਹਦੀ ਕੱਟੀ ਮਿਲੀ ਹੈ ਕੋਈ, ਉਹ ਲਿਆ ਕੇ ਆਪਣੇ ਵੱਲ ਪਾ ਲਈ, ਪਾ ਲਈ ਉਹ ਦੋ ਚਾਰ ਦਿਨ ਤੋਂ ਬਾਅਦ ਉਹ ਕਹਿੰਦਾ ਯਾਰ ਹਦਾਇਤੁੱਲਾ ਤੇਰੀਆਂ ਸਾਰੀਆਂ ਮੱਝੀਆਂ ਕੱਟੀਆਂ ਦੇਣ ਡੀਆਂ, ਮੇਰੇ ਮੱਝਾਂ ਕੱਟਾ ਹੀ ਦੇਈ ਜਾਂਦੀਆਂ, ਕਹਿੰਦਾ ਆਹੋ ਆਹੋ ਇੱਦਾਂ ਹੁੰਦਾ ਹੋਏ ਨਸੀਰ ਖਾਂ, ਇੱਦਾਂ ਹੁੰਦਾ ਕਿੱਦਾਂ ਹੁੰਦਾ, ਅਗਾ ਇੱਦਾਂ ਹੁੰਦਾ ਆ, ਤੂੰ ਨਹੀਂ ਸੁਣੀ ਅੱਜ ਤੱਕ ਗੱਲ, ਕੀ ਗੱਲ ਇਹ ਹੈ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ, ਆਂਦਾ ਕਿੱਦਾਂ ਹੁੰਦਾ, ਆਂਦਾ ਤੂੰ ਸੱਚ ਦੱਸ, ਤੂੰ ਰਾਤ ਨੂੰ ਸੁੱਤਾ ਹੁੰਦਾ ਕਿ ਜਾਗਦਾ ਹੁੰਦਾ, ਆਂਦਾ ਮੈਂ ਤਾਂ ਸੁੱਤਾ ਹੁੰਦਾ, ਆਂਦਾ ਬਸ ਆਹ ਇਸੇ ਕਰਕੇ ਹੁੰਦਾ ਗੱਲ ਆਹ, ਤੇ ਤੁਸੀਂ ਹੈਗੇ ਸੁੱਤੇ ਤੇ ਤੁਹਾਡੀ ਬਾਣੀ ਚੋਰੀ ਕਰਕੇ ਲੋਕ ਮੋਹਰਾਂ ਲਾ ਕੇ ਨਾ ਉਹਨੂੰ ਵਰਤ ਰਹੇ ਨੇ, ਉਹਦੇ ਨਾਲ ਆਪਣੇ ਆਪ ਨੂੰ ਅੱਗੇ ਲਿਆ ਰਹੇ ਨੇ ਤੁਹਾਡੇ, ਇਹ ਹੈ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ, ਹਜੇ ਵੀ ਜਾਗ ਪੋ, ਸੌਂ ਨਾ, ਹੁਣ ਬਥੇਰੇ ਸੌਂ ਲਏ ਤੁਸੀਂ, ਛੱਡ ਦਿਓ ਨਸ਼ੇ ਪੱਤੇ, ਮੈਂ ਬੇਨਤੀ ਕਰ ਰਿਹਾ ਸੀ, ਨਾ ਉਹਦੀ ਇੱਜ਼ਤ ਰਹੂਗੀ ਨਸ਼ਿਆਂ ਵਾਲੇ ਦੀ, ਨਾ ਉਹਦੇ ਘਰ 'ਚ ਸੁੱਖ ਸ਼ਾਂਤੀ ਹੋਊਗੀ, ਨਾ ਇੱਥੇ ਬੇਇੱਜ਼ਤੀ ਨਾਲ ਜ਼ਿੰਦਗੀ ਕੱਢਦਾ ਹੋਇਆ ਅਗਲਾ ਨਰਕਾਂ ਦਾ ਭਾਗੀ ਬਣੂਗਾ, ਅੱਗੇ ਵੀ ਜਾ ਕੇ ਨਰਕ ਭੋਗੂਗਾ, 84 ਨਰਕ ਸਾਖਤ ਭੋਗਾਈਐ ਜੈਸਾ ਕੀਚੈ ਤੈਸੋ ਪਾਈਐ, ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ, ਇਹ ਗੁਰਬਾਣੀ ਬੋਲ ਰਹੀ ਹੈ ਵੀ ਆਹ ਜਿਹੜੇ ਦੂਜੇ ਭਾਅ ਦੇ ਬੰਦੇ ਮਾਇਆ ਵਿੱਚ ਖਚਤ ਹੋਏ ਨੇ, ਇਹ ਧਰਮ ਰਾਜ ਸਾਰੀ ਤੇਰੀ ਰਹੀ ਹੈ, ਤਾਂ ਇਹਨਾਂ ਨੂੰ ਛਿੱਲ, ਇਹਨਾਂ ਦੀ ਛਿੱਤਰ ਵਾ, ਜੋ ਮਰਜ਼ੀ ਇਹਨਾਂ ਨੂੰ ਜਮਕਾ ਠੈਂਗਾ ਬੁਰਾ ਹੈ, ਜਿੱਦਾਂ ਮਰਜ਼ੀ ਇਹਨਾਂ ਦੀ ਰੂਹ ਨੂੰ ਤੜਫਾ, ਮੇਰੇ ਵੱਲੋਂ ਤੈਨੂੰ ਖੁੱਲ੍ਹੀ ਛੁੱਟੀ ਹੈ, ਇਹ ਮੇਰੇ ਆਖੇ ਨਹੀਂ ਲੱਗੇ ਧਰਤੀ 'ਤੇ, ਅਤੇ ਹੁਣ ਤੂੰ ਇਹਨਾਂ ਦੇ ਲੈ ਜਿੱਦਾਂ ਕਰਨਾ ਤੂੰ ਇਹਨਾਂ ਨੂੰ ਸਿੱਧਾ ਕਰ। ਸੋ ਮੈਂ ਸਮਾਪਤੀ ਵੱਲ ਨੂੰ ਜਾਂਦਾ ਹੋਇਆ ਬੇਨਤੀ ਕਰਾਂ, ਅਸੀਂ ਵਾਰ ਵਾਰ ਤੁਹਾਡੇ ਚਰਨਾਂ ਚਰਨ ਬੇਨਤੀ ਕਰਦੇ ਹਾਂ ਵੀ ਵਧੀਆ ਇੱਕ ਗੁਰਦੁਆਰਾ ਰੱਖੋ, ਇੱਕ ਵਧੀਆ ਗ੍ਰੰਥੀ ਸਿੰਘ ਰੱਖੋ, ਜੇ ਕੀਰਤਨੀਆਂ ਰੱਖਣੇ ਉਹਨਾਂ ਦਾ ਸਤਿਕਾਰ ਰੱਖੋ, ਗ੍ਰੰਥੀ ਸਿੰਘ ਦੀ ਇੰਟਰਵਿਊ ਲਓ ਅਤੇ ਸਾਰੇ ਲੋਕ ਖੰਡੇ ਦੀ ਪੌਲ ਛੱਕ ਕੇ ਉਮਰ ਦੇ ਖਾਸ ਹਿੱਸੇ, ਇਹ ਨਹੀਂ ਵੀ ਤੁਸੀਂ 70 ਸਾਲ ਦੇ ਕਹੋ ਹੁਣ ਮੈਂ ਪੌਲ ਛੱਕਣੀ, ਨਹੀਂ ਪਤਾ ਨਹੀਂ ਤੇਰੀ 70 ਸਾਲ ਕੱਲ੍ਹ ਨੂੰ ਆਉਣਾ ਕਿ ਨਹੀਂ ਆਉਣਾ, ਜਨਮ ਵਾਲੇ ਦਿਨ ਅਸੀਂ ਜਨਮ ਸੰਸਕਾਰ ਕਰਦੇ ਹਾਂ, ਉਸੇ ਦਿਨ ਅਸੀਂ ਉਹਨੂੰ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਉਹਦੇ ਮੂੰਹ ਨੂੰ ਲਾਉਣੇ, ਇੱਥੇ ਲਾਉਣੇ, ਇੱਥੇ ਲਾਉਣੇ, ਤਾਂ ਕਿ ਜੇ ਬੱਚਾ ਮਰ ਜਾਏਗਾ ਇਹ ਮੁੜ ਕੇ ਸਿੱਖਾਂ ਦੇ ਘਰ ਜੰਮ ਪਏ, ਇਹ ਜਨਮ ਸੰਸਕਾਰ ਹੈ ਤੁਹਾਡਾ। ਉਹ ਤੋਂ ਬਾਅਦ ਅੱਗੇ ਜਾ ਕੇ ਅਸੀਂ ਚੂਲਾ ਦਵਾ ਦਿੰਦੇ, ਜਦੋਂ ਥੋੜ੍ਹਾ ਜਿਹਾ ਸਿਆਣਾ ਹੋ ਗਿਆ ਉਹਦੇ ਸਾਡੇ ਨਾਲ ਰੋਟੀ ਪਾਣੀ ਚੱਲ ਪਈ, ਜੰਮਣ ਵਾਲੇ ਬੱਚੇ ਨਾਲ ਸਾਡੇ ਨਾਲ ਰੋਟੀ ਨਹੀਂ ਸਾਂਝੀ ਕਰਨੀ, ਉਹਨਾਂ ਮਾਂ ਦਾ ਦੁੱਧ ਪੀਣਾ, ਹੁਣ ਉਹ ਰੋਟੀ ਖਾਣ ਲੱਗ ਪਿਆ, ਹੁਣ ਅਸੀਂ ਉਹਨੂੰ ਕਿਤੇ ਵੀ ਪੰਜਾਂ ਪਿਆਰਾਂ ਕੋਲ ਚੂਲਾ ਦਵਾਤਾ, ਚੂਲਾ ਦਵਾਉਣ ਤੋਂ ਬਾਅਦ ਉਹ ਸਾਡੇ ਨਾਲ ਰੋਟੀ ਪਾਣੀ ਖਾਣ ਲੱਗ ਪਿਆ, ਹੁਣ ਥੋੜ੍ਹਾ ਸਿਆਣਾ ਹੋ ਗਿਆ, ਹੁਣ ਉਹ ਦਸਤਾਰ ਵੀ ਸਜਾਉਣ ਜੋਗਾ ਹੋ ਗਿਆ ਅਤੇ ਨਾਲ ਨਾਲ ਉਹ ਪਾਠ ਪੜ੍ਹਨ ਜੋਗਾ ਹੋ ਗਿਆ, ਸਕੂਲ 'ਚ ਜਾਂਦਾ, ਹੁਣ ਉਹਨੂੰ ਅਸੀਂ ਪਹਿਲਾਂ ਰੋਜ਼ ਮਾਂ ਨਾਲ ਆਪਣੇ ਲਾਗੇ ਬੈਠ ਕੇ ਨਿਤਨੇਮ ਛੋਟਾ ਛੋਟਾ ਕਰਨਾ, ਅਤੇ ਉਹ ਤੋਂ ਬਾਅਦ ਹੁਣ ਉਹਨੂੰ ਪੰਜਾਂ ਪਿਆਰਿਆਂ ਤੋਂ ਕਿਤੋਂ ਵੀ ਚੱਲਦੇ ਦੌਰ ਵਿੱਚੋਂ ਖੰਡੇ ਦੀ ਪੌਲ ਛਕਾ ਕੇ ਗੁਰੂ ਦੇ ਲੜ ਫੜਾ ਦੇਣਾ ਵੀ ਗੁਰੂ ਪਾਤਸ਼ਾਹ ਲੈ ਤੇਰਾ ਬੱਚਾ ਤੇਰੇ ਲੜ 'ਤੇ ਲਾ ਦਿੱਤਾ, ਤੂੰ ਜਾਣੇ ਬੱਚਾ ਜਾਣੇ, ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ, ਹੁਣ ਇਹਦੀ ਬਾਂਹ ਫੜੀ ਹੈ ਅਤੇ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਆਸ ਤੁਹਾਰ ਬਾਰ।
ਇਸ ਤਰੀਕੇ ਨਾਲ ਪਿੰਡ ਦੇ ਗੁਰਦੁਆਰੇ 'ਚ ਸਵੇਰ ਦੀ ਸਿਟਿੰਗ, ਸ਼ਾਮ ਦੀ ਸਿਟਿੰਗ, ਲੜਕੀਆਂ ਦੇ ਆਨੰਦ ਕਾਰਜ ਗੁਰਦੁਆਰੇ ਵਿੱਚ, ਲੰਗਰ ਹਾਲ ਵਿੱਚੋਂ ਭੁੰਜੇ ਬਹਿ ਕੇ ਪ੍ਰਸ਼ਾਦਾ ਅਤੇ ਸਾਦੀ ਜਿਹੀ ਖਾਣਾ ਅਤੇ ਨਾਲ ਨਾਲ ਹੱਥੀਂ ਜ਼ਿਆਦਾ ਤਿਆਰ ਕਰਕੇ ਆਪ ਸਰਵ ਕਰਨਾ। ਬਿਨ ਸੇਵਾ ਧਰਿਗ ਹੱਥ ਪੈਰ ਹੋਰ ਨਿਹਫਲ ਕਰਨੀ, ਤੁਸੀਂ ਸੇਵਾ ਤੋਂ ਬਿਲਕੁਲ ਖਾਲੀ ਹੋ ਗਏ ਹੈ। ਬੜੀ ਇਸ ਕੌਮ ਵਿੱਚ ਸਾਡਾ ਸੇਵਾ ਕਰਕੇ ਖਾਲਸਾ ਏਡ ਨੇ ਸਾਰੀ ਦੁਨੀਆ 'ਚ ਤੁਹਾਡੀ ਪੱਗ ਉੱਚੀ ਕੀਤੀ ਹੈ ਅਤੇ ਅਸੀਂ ਇੱਥੇ ਗੰਦੇ ਗਾਣੇ ਬੋਲ ਬੋਲ ਕੇ ਸਾਰੀ ਦੁਨੀਆ 'ਚ ਕੌਮ ਦਾ ਪਿੰਡ ਛੁਰਾ ਮਾਰਨਾ। ਅਗਲੀ ਬੇਨਤੀ ਹੈ ਕਿ ਪਿੰਡ ਵਿੱਚ ਜੇ ਤੁਸੀਂ ਪੰਜ ਕੰਮ ਮੁੱਢਲੇ ਸਿੱਖੀ ਦੇ ਕਰੋ, ਨਿਤਨੇਮ ਕਰੋ, ਝੂਠ ਨਾ ਬੋਲੋ, ਕਿਸੇ ਦਾ ਹੱਕ ਨਾ ਖਾਓ, ਕਰੈਕਟਰ ਉੱਚਾ ਰੱਖੋ ਅਤੇ ਨਾਲ ਨਾਲ ਗੁਰੂ ਪਾਤਸ਼ਾਹ ਤੋਂ ਬਿਨਾਂ ਕਿਸੇ ਨੂੰ ਹੋਰ ਨਾ ਮੰਨੋ ਅਤੇ ਕਿਤੇ ਵੀ ਜ਼ਿੰਦਗੀ 'ਚ ਕਿਸੇ ਦਾ ਬੁਰਾ ਕਰਨ ਦਾ ਨਾ ਸੋਚੋ, ਭਲਾ ਕਰ ਸਕਦੇ ਤਾਂ ਕਰੋ, ਬੁਰਾ ਨਾ ਕਰੋ। ਇੰਨੀਆਂ ਕੁ ਗੱਲਾਂ ਜੇ ਤੁਸੀਂ ਮੰਨ ਲਓ ਗੁਰੂ ਪਾਤਸ਼ਾਹ ਦੀਆਂ ਅਤੇ ਤੁਹਾਡੇ ਪਿੰਡ 'ਚ ਥੋੜ੍ਹਾ ਕੀਤਾ ਕੋਈ ਪੁਲਿਸ ਆਉਣ ਦੀ ਕੋਈ ਵੀ ਲੋੜ ਨਹੀਂ ਹੈ। ਇਹੋ ਪੁਆਇੰਟ ਨੇ, ਪੁਲਿਸ ਨਹੀਂ ਆਣ ਸਕਦੀ ਫਿਰ ਸਾਡੇ ਪਿੰਡ 'ਚ ਜੇ ਮਾੜੀ ਮੋਟੀ ਝਗੜਾ ਝਾਂਜਾ ਗਾੜੀ ਮੋਟੀ ਬੋਲ ਵਿਗਾੜ ਹੋਇਆ ਅਤੇ ਗੁਰਦੁਆਰੇ ਬੈਠ ਕੇ ਗੁਰੂ ਗੁਰੂ ਕਰਕੇ ਬੜੇ ਪਿਆਰ ਨਾਲ ਜਿਹੜਾ ਸੇਵਾਦਾਰ ਕਮੇਟੀ ਨੇ ਉਹਨਾਂ ਦੋਹਾਂ ਦੇ ਜੱਫੇ ਪਵਾ ਕੇ ਉਹਨਾਂ ਨੂੰ ਇੱਕ ਦੂਜੇ ਤੋਂ ਮਾਫੀ ਮੰਗਾ ਕੇ ਗੁਰੂ ਘਰ ਨਾਲ ਜੋੜ ਕੇ ਉਹਨਾਂ ਦੀ ਅੱਗੇ ਤੋਂ ਵਿਰੋਧਤਾ ਖਤਮ ਕਰਨੀ। ਇਸ ਤਰੀਕੇ ਨਾਲ ਇਹ ਤਾਂ ਅਕਾਲ ਤਖ਼ਤ ਬਣਿਆ ਸੀ, ਸਿੱਖਾਂ ਦੇ ਫੈਸਲੇ ਉੱਥੇ ਹੋਣਗੇ, ਇਹ ਕਚਹਿਰੀਆਂ 'ਚ ਨਹੀਂ ਹੋਣਗੇ। ਪਰ ਉਹ ਗੱਲ ਮੁਸ਼ਕਿਲ ਹੋ ਗਈ, ਤਾਂ ਪੀਰੀ ਦਾ ਨਿਸ਼ਾਨ ਉੱਚਾ ਲਾਇਆ ਸੀ, ਮੇਰੀ ਥੱਲੇ ਰਹੂਗੀ, ਪੀਰੀ ਉੱਚੀ ਰਹੂਗੀ, ਧਰਮ ਉੱਚਾ ਰਹੂਗਾ ਸਿੱਖਾਂ ਦਾ ਅਤੇ ਰਾਜਨੀਤੀ ਧਰਮ ਦੇ ਥੱਲੇ ਹੋ ਕੇ ਚੱਲੂਗੀ। ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਕੀਤਾ, ਗੁਰੂ ਨੇ ਆਪਣੇ ਵੱਲੋਂ ਪੂਰਾ ਪਹਿਰਾ ਲਾਇਆ। ਅਗਲੀ ਬੇਨਤੀ ਹੁੰਦੀ ਹੈ ਗੁਰਦੁਆਰੇ ਦੀ ਗੋਲਕ 'ਚ ਪੈਸਾ ਪਾਓ, ਆਪਣਾ ਪੈਸਾ ਠੇਕਿਆਂ ਤੋਂ ਰੋਕੋ, ਆਪਣਾ ਪੈਸਾ ਜੇ ਠੇਕਿਆਂ ਤੋਂ ਰੋਕੋ ਡਾਕਟਰਾਂ ਤੋਂ ਕਾਫੀ ਰੁਕ ਜਾਊਗਾ, ਜੇ ਖਾਣ ਦੀ ਪੂਰੀ ਅਕਲ ਆ ਗਈ ਉੱਥੋਂ ਕਾਫੀ ਬਚ ਸਕਦਾ ਅਤੇ ਨਾਲ ਬਾਬਿਆਂ ਦੇ ਡੇਰਿਆਂ ਤੋਂ ਜਿੰਨੇ ਡੇਰੇ ਬੜੇ ਵੱਡੇ ਬਣੇ ਨੇ ਇਹ ਸਾਰੇ ਤੁਹਾਡੀ ਕਮਾਈ ਨਾਲ ਬਣੇ ਨੇ। ਉੱਥੇ ਨਾ ਕੋਈ ਸਕੂਲ ਖੁੱਲ੍ਹਿਆ, ਨਾ ਉੱਥੇ ਕੋਈ ਫਸਲ ਹੋਈ, ਨਾ ਉੱਥੇ ਕੋਈ ਐਸਾ ਨਿਸ਼ਾਨ ਲੱਗਿਆ, ਨਾ ਉੱਥੇ ਕੜਾਹ ਪ੍ਰਸ਼ਾਦੀ ਦੇਗ ਬਣੀ, ਨਾ ਉੱਥੇ ਕਿਸੇ ਨੂੰ ਕੋਈ ਧਰਮ ਬਾਰੇ ਜਾਣਕਾਰੀ ਦਿੱਤੀ ਗਈ ਵੀ ਤੁਸੀਂ ਕੌਣ ਹੁੰਦੇ ਕੌਣ ਨਹੀਂ ਹੁੰਦੇ। ਬਸ ਆਪਣੀਆਂ ਭੇਡਾਂ ਬਲ ਲਈਆਂ, ਆਪਣਾ ਬਾੜਾ ਬਲ ਲਿਆ, ਉਹ ਜਦੋਂ ਜੀ ਕੀਤਾ ਬਾੜਾ ਖੋਲ੍ਹ ਲਿਆ, ਤੁਸੀਂ ਪੈਸੇ ਦੇ ਦਿੱਤੇ ਅਤੇ ਬਾੜਾ ਬਲਿਆ ਹੋਇਆ। ਉੱਥੇ ਨਾ ਕੋਈ ਫੈਕਟਰੀ ਲੱਗੀ, ਨਾ ਮੁੰਡੇ ਕਰੋਣ ਬਣਾ ਸਕੇ, ਬਸ ਉਹਦੀ ਪਲਕੀਤ ਹੋ ਗਈ ਹੈ। ਹੁਣ ਕੇਸ ਪੈਣ ਲੱਗੇ ਹੈ, ਕੇਸ ਚੱਲ ਪਏ, ਹੁਣ ਖੁੱਲ੍ਹ ਪਿਆ ਕੋਰਟ ਵੀ ਇੰਨੇ ਇਹਦੇ 'ਤੇ ਕੇਸ ਬਣਦਾ, ਇੰਨੇ ਪਕੜਾ ਇਹਨਾਂ ਘਪਲਾ ਕੀਤਾ ਵਾ, ਇਹ ਘਪਲੇ ਦੇ ਵਿੱਚ ਹਿੱਸੇਦਾਰ ਬਣਿਆ ਵਾ, ਐਸੀਆਂ ਗੱਲਾਂ। ਇਹ ਹੈ ਰੱਬ ਦਾ ਘਰ ਵਿੱਚ ਦੇਰ ਹੈ ਅੰਧੇਰ ਨਹੀਂ, ਉਹਦਾ ਖਰਾਸ ਚੱਲਦਾ ਆ, ਜਰਾ ਹੌਲੀ ਹੌਲੀ ਚੱਲਦਾ, ਛੇਤੀ ਨਹੀਂ ਚੱਲਦਾ, ਉੱਥੇ ਨਿਬੜ ਜਾਣਾ। ਇਸ ਕਰਕੇ ਤਕੜੇ ਹੋ, ਆਪਣੇ ਪਿੰਡ ਵਿੱਚ ਇਹ ਸਾਰੇ ਕਾਰਜ ਕਰੋ, ਉੱਥੇ ਬੁੱਢਿਆਂ ਦੇ ਭੋਗ ਘਰੇ, ਦੁਸਹਿਰਾ ਆਪਣੇ ਘਰੇ 10 ਦਿਨ ਖੁੱਲ੍ਹਾ ਪਾਠ ਪੜ੍ਹ ਕੇ ਸਹਿਜ ਪਾਠ ਐਨ ਆਨੰਦ ਨਾਲ ਆਪਣੇ ਬੁੱਢੇ ਦੇ ਨਾਂ ਦਾ ਪੜ੍ਹੋ ਅਤੇ ਨਾਲ 10ਵੇਂ ਦਿਨ ਭੋਗ ਗੁਰਦੁਆਰੇ ਅਤੇ ਨਾਲ ਉੱਥੇ ਲੰਗਰ, ਉੱਥੇ ਭਾਂਡੇ, ਉੱਥੇ ਚੁਰਾਂ, ਉੱਥੋਂ ਦੀ ਸਾਊਂਡ, ਉੱਥੋਂ ਦੇ ਪੱਖੇ, ਉਹ ਸਾਰੇ ਦੌੜੀਆਂ ਉੱਥੋਂ ਦੀਆਂ ਵਰਤੋ ਤਾਂ ਕਿ ਜਿਹੜਾ ਸਾਡਾ ਪੈਸਾ ਜਿੱਥੋਂ ਤੱਕ ਬਚਾ ਸਕਦੇ ਹਾਂ ਬੱਚਿਆਂ 'ਤੇ ਲਾਈਏ, ਗੋਲਕ 'ਚ ਪਾਈਏ। ਗੋਲਕ 'ਚ ਪਾ ਕੇ ਆਪਣੇ ਜਫਰਾਲ ਦਾ ਪੈਸਾ ਜਿੱਥੇ ਆਪਾਂ ਇੰਨਾ ਪੈਸੇ ਖਰਚਿਆ, ਮੈਨੂੰ ਬੜੀ ਖੁਸ਼ੀ ਹੈ, ਅਤੇ ਉੱਥੇ ਆਪਾਂ 3100 ਰੁਪਇਆ ਵੀ ਦਿੱਤਾ, 2100 ਵੀ ਦਿੱਤਾ, 1100 ਵੀ ਦਿੱਤਾ, ਪਰ ਇਸ ਸਮਾਗਮ ਵਿੱਚ ਜਿਹੜੇ ਲੋੜਵੰਦ ਹੈ ਉਹਨਾਂ ਦੀ ਮਦਦ ਕੀ ਕੀਤੀ ਹੈ, ਇਹ ਮੈਂ ਬੇਨਤੀ ਕਰਦਾ ਹੁੰਦਾ ਵੀ ਜ਼ਰੂਰ
ਤੁਹਾਡੇ ਕੋਲ ਅੱਜ ਗੁੰਜਾਇਸ਼ ਹੈ ਅਤੇ ਤੁਸੀਂ ਥੋੜ੍ਹੇ ਜਿਹੇ ਬੰਦੇ ਪਬਲਿਕਲੀ ਉਹਨਾਂ ਨੂੰ ਇੱਦਾਂ ਸਟੇਜ 'ਤੇ ਲਿਆ ਕੇ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਵਿੱਚ ਬੜੇ ਲੋੜ ਬੰਦੇ ਬੈਠੇ ਨੇ, ਕਿਸੇ ਦੇ ਘਰ ਛੋਟੀ ਮੋਟੀ ਨਲਕਾ ਨਹੀਂ ਹੈ ਜਾਂ ਕਿਸੇ ਦੇ ਘਰ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਚੀਜ਼ ਦੀ ਉਹਨੂੰ ਲੋੜ ਹੈ, ਉਹਦੀ ਨੌਜਵਾਨ ਬੇਟੀ ਹੈ, ਕੋਈ ਛੋਟੀ ਮੋਟੀ ਛੱਤ ਡਿੱਗੀ ਹੈ ਜਾਂ ਛੋਟਾ ਮੋਟਾ ਕੋਈ ਕਾਰਜ ਹੈ। ਬਹੁਤੇ ਇੱਦਾਂ ਦੇ ਲੋਕ ਨਹੀਂ ਸਾਡੇ ਪੰਜਾਬ ਵਿੱਚ, ਥੋੜ੍ਹੇ ਪਿੰਡਾਂ 'ਚੋਂ ਬੰਦੇ ਨਿਕਲਣਗੇ। ਤੁਸੀਂ ਉਹਨਾਂ ਦਾ ਲੜ ਫੜਨਾ ਆ ਤਾਂ ਕਿ ਗੁਰੂ ਦੇ ਬਚਨ ਪੂਰੇ ਹੋਣ। ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼। ਜਾਤ ਪਾਤ ਤੋਂ ਉੱਪਰ ਉੱਠੋ ਅਤੇ ਇਸ ਤਰੀਕੇ ਨਾਲ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਮੇਨਟੇਨ ਕਰਕੇ ਅੱਗੇ ਕੌਮ ਦਾ ਭਵਿੱਖ ਉਜੜਾ ਹੋਏ, ਗੁਰੂ ਪਾਤਸ਼ਾਹ ਰਹਿਮਤਾਂ ਕਰਨ, ਇਹ ਸਾਰੇ ਗੁਰੂ ਸਾਡੇ 'ਤੇ ਰਹਿਮਤ ਕਰਨ, ਆਪਣੀਆਂ ਸੇਵਾਵਾਂ ਇਸ ਤਰੀਕੇ ਨਾਲ ਲੈਣ। ਜਿਹੜੇ ਬੰਦੇ ਨਹੀਂ ਖੰਡੇ ਦੀ ਪਹੁੰਚ ਸਕਦੇ ਉਹਨਾਂ ਦਾ ਥੋੜ੍ਹਾ ਜਿਹਾ ਬਾਈਕਾਟ, ਉਹਨਾਂ ਦੇ ਘਰ ਜੇ ਗ੍ਰੰਥੀ ਸਿੰਘਾਂ ਨੇ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਅਤੇ ਉਹਨਾਂ ਨੂੰ ਅਗਾਹ ਕਰਾਇਆ ਜਾਏ ਵੀ ਗੁਰੂ ਸਾਹਿਬ ਚਲੇ ਜਾਣਗੇ ਪਰ ਤੂੰ ਕੁਛ ਬਚਨ ਮੰਨਣ ਦੀ ਤਾਕੀਦ ਕਰ, ਆਹ ਬਚਨ ਮੰਨ ਗੁਰੂ ਦੇ। ਜੇ ਬਚਨ ਮੰਨੇਗਾ ਤਾਂ ਗੁਰੂ ਪਾਤਸ਼ਾਹ ਨੂੰ ਜਦੋਂ ਮਰਜ਼ੀ ਸੱਦ, ਉਦੋਂ ਆਉਣ ਨੂੰ ਤਿਆਰ ਹੈ। ਪਰ ਜੇ ਤੂੰ ਬਚਨ ਨਹੀਂ ਮੰਨਦਾ, ਤੂੰ ਸਿਰਫ ਰਸਮੀ ਪਾਠ ਪੜ੍ਹਾ ਰਿਹਾ ਅਤੇ ਫਿਰ ਸਾਡੀ ਵੀ ਬੇਅਦਬੀ ਹੁੰਦੀ ਹੈ ਗੁਰੂ ਪਾਤਸ਼ਾਹ ਦੀ। ਉਦੋਂ ਤੂੰ ਉੱਥੇ ਡੀਜਾ ਲਾ ਦਿੰਦਾ, ਦੂਜੇ ਕਮਰੇ 'ਚ ਤੂੰ ਸ਼ਰਾਬ ਖੋਲ੍ਹ ਕੇ ਬੈਠਾ ਹੁੰਦਾ, ਤੂੰ ਗ੍ਰੰਥੀ ਨੂੰ ਐਵੇਂ ਇੱਕ ਵਾਧੂ ਦਾ ਪਾਠੀ ਸਮਝਿਆ ਵਾ, ਉਹਨੂੰ ਇੱਕ ਪ੍ਰੋਫੈਸ਼ਨਲ ਬੰਦਾ ਸਮਝ ਕੇ ਉਹਦਾ ਕੋਈ ਸਤਿਕਾਰ। ਇਹਦੇ 'ਚ ਅਸੀਂ ਵੀ ਜ਼ਿੰਮੇਵਾਰ ਬਣਦੇ ਹਾਂ ਪਰ ਜਿਹੜੇ ਅਸੀਂ ਉੱਥੇ ਜਾ ਕੇ ਸਰੂਪ ਲੈ ਕੇ ਇਸ ਤਰੀਕੇ ਦੀ ਬੇਅਦਬੀ ਕਰਾਉਣੇ। ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ। ਦਾਸ ਵੱਲੋਂ ਕਿਸੇ ਵੀਰ ਭੈਣ ਨੂੰ ਕੋਈ ਐਸੀ ਸ਼ਬਦਾਵਲੀ ਵਰਤੀ ਗਈ ਹੋਏ ਜਿਹਦੇ ਕਰਕੇ ਉਹਦੇ ਮਨ ਨੂੰ ਠੇਸ ਪਹੁੰਚੀ ਹੋਏ ਅਤੇ ਮੈਂ ਦੋਵੇਂ ਹੱਥ ਜੋੜ ਕੇ ਸ਼ਦਾਈ ਬੰਦਾ ਹਾਂ, ਕੁੱਤਾ ਆ ਦਰਦ ਨਾਨਕ ਦਾ, ਅਤੇ ਤੁਹਾਡੇ ਕੋਲੋਂ ਮਾਫ਼ੀ ਮੰਗਦਾ। ਤੁਸੀਂ ਮੇਰੇ ਪੂਜਨੀਕ ਹੋ, ਸਤਿਕਾਰਯੋਗ ਹੋ, ਗੁਰੂ ਪਾਤਸ਼ਾਹ ਬਖਸ਼ ਦੇਣ ਜੇ ਗਲਤੀ ਹੈ ਅਤੇ ਜੇ ਕੋਈ ਤੁਹਾਡਾ ਕੌਮ ਦਾ ਦਰਦ ਹੈ ਤਾਂ ਇਹਨੂੰ ਚੁੱਕੋ, ਕੇਵਲ ਇੱਥੇ ਤੱਕ ਨਾ ਰੱਖੋ। ਹਰ ਬੰਦੇ ਨੂੰ ਸਿੱਖ ਧਰਮ ਬਾਰੇ ਪੂਰਾ, ਕੁੜੀ ਨੂੰ ਗਿਆਨ ਹੋਣਾ ਚਾਹੀਦਾ, ਮੁੰਡੇ ਨੂੰ ਗਿਆਨ ਹੋਣਾ ਚਾਹੀਦਾ, ਧਰਮ ਦਾ ਗਿਆਨ ਵੀ ਹੋਣਾ ਚਾਹੀਦਾ ਅਤੇ ਧਰਮ ਦੀ ਰਹਿਤ ਵੀ ਹੋਣੀ ਚਾਹੀਦੀ ਹੈ, ਨਹੀਂ ਤਾਂ ਕੰਮ ਇਹ ਖਰਾਬ ਹੈ। ਇੱਥੇ ਜਿਹੜਾ ਸਮਾਜ ਉਹ ਇਹ ਅੱਗੇ ਕੌਮ ਦਾ ਵਧਣਾ ਬਹੁਤ ਔਖਾ ਹੋ ਗਿਆ ਆਲੇ ਦੁਆਲੇ। ਜੇ ਤੁਸੀਂ ਡੇਰਿਆਂ 'ਤੇ ਨਾ ਜਾਂਦੇ ਤਾਂ ਇਹ ਡੇਰੇ ਕਦੇ ਵੀ ਇੱਥੇ ਪੰਜਾਬ 'ਚ ਨਾ ਨਿਕਲਦੇ। ਤੁਸੀਂ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸਰਸਾਰ ਹੁੰਦੇ ਰਹਿੰਦੇ ਅਤੇ ਗੁਰੂ ਪਾਤਸ਼ਾਹ ਦੀ ਖੁਸ਼ੀ ਦੇ ਪਾਤਰ ਬਣੇ ਰਹਿੰਦੇ, ਉਹਨਾਂ ਨੂੰ ਵੀ ਅਕਲ ਆ ਜਾਂਦੀ ਵੀ ਬਾਬਾ ਨਾਨਕ 17 ਸਾਲ ਘਾਹ ਖੋਦ ਕੇ ਗਿਆ, ਡੰਗਰਾਂ ਨੂੰ ਪੱਠੇ ਪਾ ਕੇ ਗਿਆ, ਹੱਥੀਂ ਕਰਤ ਕਰਕੇ ਗਿਆ, ਤਾਂ ਉਹ ਸਾਨੂੰ ਕਹਿ ਗਏ ਨੇ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ, ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਉਹ ਵੀ ਕਹਿੰਦੇ ਵੀ ਕਿਰਤ ਕਰਨੀ ਅਤੇ ਕਹਿ ਰਹੇ ਨੇ ਮਖੱਟੂ ਹੋਏ ਕੰਨ ਪੜਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਹ ਨਾ ਲੱਗੀਏ ਪਾਏ। ਸ਼ੁਰੂ ਇੱਥੋਂ ਕਰਦੇ ਨੇ ਕਿ ਗਿਆਨ ਵੀ ਹੋਣਾ ਗਾਵੈ ਗੀਤ, ਭੁੱਖੇ ਮੁੱਲਾਂ ਮੁੱਲਾਂ ਨੂੰ ਨਹੀਂ ਬਖਸ਼ਿਆ, ਭੁੱਖੇ ਮੁੱਲਾਂ ਘਰੇ ਮਸੀਤ, ਅਤੇ ਮਖੱਟੂ ਹੋਏ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੋੜ ਨਾ ਲੱਗੀਏ ਪਾਏ। ਫਿਰ ਕੀ ਕਰੀਏ ਗੁਰੂ ਪਾਤਸ਼ਾਹ, ਤੂੰ ਤਾਂ ਸਾਰਿਆਂ ਤੋਂ ਰੋਕ ਰਹੇ ਸਾਨੂੰ, ਕਰਨਾ ਕੀ ਹੈ? ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ। ਤੁਹਾਡੀ ਇਹ ਸੋਚ ਸੀ, ਇਹਨੂੰ ਡਿਵੈਲਪ ਕਰੋ।